ਨਾਨਕ ਕੇ ਪ੍ਰਭ ਸਾਥ। ਵਾਹਿਗੁਰੂ ਸਾਹਿਬ ਜੀ, ਕਾਹੂ ਲੈ ਠੋਕ ਬਦੇ ਔਰ ਠਾਕੁਰ, ਕਾਹੂ ਮਹੇਸ਼ ਕੋ ਏਸ ਬਖਾਨਿਓ। ਕਾਹੂ ਕਹਿਓ ਹਾਰ ਮੰਦਰ ਮੈਂ ਹਾਰ, ਕਾਹੂ ਮਸੀਤ ਕੇ ਬੀਚ ਪਰਮਾਨਿਓ। ਕਾਹੂ ਨੇ ਰਾਮ ਕਹਿਓ ਕ੍ਰਿਸ਼ਨ ਕਹੋ, ਕਾਹੂ ਮਨੈ ਅਵਤਾਰਨ ਮਾਨਿਓ। ਫੋਕਟ ਧਰਮ ਵਿਸਾਰ ਸਭੈ ਕਰਤਾਰ, ਹੀ ਕੋ ਕਰਤਾ ਜੀ ਜਾਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਨੇ ਬੜੀ ਬਖਸ਼ਿਸ਼ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਸੱਦਿਆ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਿੱਥੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ, ਆਰਤੀ ਸਰਵਣ ਕੀਤੀ ਹੈ, ਉੱਥੇ ਕੁਝ ਸਮੇਂ ਵਾਸਤੇ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸੰਗਤਾਂ ਨਾਲ ਬੈਠ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਾ ਰਹੇ ਨੇ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਵਾਹਿਗੁਰੂ 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 ਕਰਨ ਨਾਲ ਜੀਵ ਦੀ ਮੈਂ ਮਿਟ ਜਾਂਦੀ ਹੈ, ਔਰ ਜਦੋਂ ਮੈਂ ਦੀ ਨਿਵਿਰਤੀ ਹੋ ਜਾਵੇ ਤਾਂ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਸਹਿਜੇ ਸਹਿਜੇ ਕਰਦਿਆਂ ਕਰਦਿਆਂ ਗੁਰੂ ਕਿਰਪਾ ਹੁੰਦੀ, ਗੁਰੂ ਕਿਰਪਾ ਨਾਲ ਸਾਰੀਆਂ ਗੱਲਾਂ ਬਣਦੀਆਂ ਨੇ। ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਕਾਰਜ ਸਿੱਧ ਨਹੀਂ ਹੁੰਦਾ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ, ਗੁਰ ਕਿਰਪਾ ਜਿਹ ਨਰਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਜਿਸ ਬੰਦੇ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅਵਸਥਾ ਇੱਥੇ ਪਹੁੰਚਦੀ ਹੈ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਗੱਲਾਂ ਅਜੇ ਸਾਡੇ ਵਾਸਤੇ ਦੂਰ ਹਨ, ਪਰ ਗੁਰੂ ਚਾਹੇ ਤਾਂ ਹੋ ਸਕਦੀਆਂ ਹਨ। ਗੁਰੂ ਦੇ ਘਰ ਸਭ ਕੁਛ ਹੈ, ਸਾਡੇ ਲਈ ਦੂਰ ਹੈ ਪਰ ਗੁਰੂ ਵਾਸਤੇ ਦੂਰ ਨਹੀਂ। ਗੁਰੂ ਇੱਕ ਪਲ ਵਿੱਚ ਕਿਸੇ 'ਤੇ ਕਿਰਪਾ ਕਰ ਸਕਦਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ ਦੇ ਬਚਨ ਆਉਂਦੇ ਹਨ, ਸਤਿਗੁਰੂ ਤੁਰੇ ਜਾ ਰਹੇ ਸਨ, ਭਾਈ ਬਾਲਾ ਮਰਦਾਨਾ ਨਾਲ ਰਸਤੇ 'ਚ ਇੱਕ ਆਦਮੀ ਜਿਹੜਾ ਕਿ ਪਿੰਡਾਂ ਦੇ ਵਿੱਚ ਲੂਣ ਤੇਲ ਹਲਦੀ ਮਿਰਚ ਮਸਾਲੇ ਵੇਚਦਾ ਸੀ, ਉਹ ਟੱਕਰਿਆ ਅਤੇ ਗੁਰੂ ਨਾਨਕ ਸਾਹਿਬ ਉਹਨੂੰ ਰੋਕ ਕੇ ਪੁੱਛਦੇ ਤੇਰੇ ਕੋਲ ਕੀ ਹੈ? ਉਹ ਕਹਿੰਦਾ ਜੀ ਮਸਾਲੇ ਹਨ ਸਾਰੇ, ਲੂਣ ਵੀ ਹੈ, ਹਲਦੀ ਹੈ, ਤੇਲ ਹੈ, ਘਿਓ ਹੈ, ਮਿਰਚਾਂ ਹਨ, ਧਨੀਆ ਹੈ, ਜਿਹੜੀਆਂ ਚੀਜ਼ਾਂ ਘਰ ਦੇ ਵਿੱਚ ਕੰਮ ਆਉਂਦੀਆਂ ਨੇ ਉਹ ਮੈਂ ਆਪਣੀ ਚਾਦਰ ਦੇ ਵਿੱਚ ਉਹ ਬੰਨੀਆਂ ਹੋਈਆਂ ਸਨ ਉਹਨੇ, ਅਤੇ ਉਹ ਫੈਂਚਾ ਮੋਢੇ ਚੁੱਕਿਆ ਹੋਇਆ ਸੀ। ਮਹਾਰਾਜ ਕਹਿੰਦੇ ਦਿਖਾ ਤਾਂ ਸਹੀ। ਉਸ ਬੰਦੇ ਨੇ ਸੋਚਿਆ ਵੀ ਇਹ ਮਹਾਂਪੁਰਸ਼ ਕੋਈ ਮੇਰੇ ਤੋਂ ਸਮਾਨ ਖਰੀਦਣਗੇ। ਉਹ ਵਿਚਾਰਾ ਆਪਣੀ ਦੁਕਾਨ ਜਿਹੜੀ ਉਹਨੇ ਮੋਢੇ ਚੁੱਕੀ ਹੋਈ ਸੀ ਛੋਟੀ ਜਿਹੀ, ਉਹ ਖੋਲ੍ਹ ਕੇ ਬੈਠ ਗਿਆ।
ਦਿਖਾਉਣ ਲੱਗ ਪਿਆ ਅਤੇ ਮਹਾਰਾਜ ਕਹਿੰਦੇ ਆਹ ਕੀ ਹੈ? ਉਹ ਕਹਿੰਦਾ ਜੀ ਇਹ ਵੱਡੇ ਹਨ, ਭਾਰ ਤੋਲਣ ਵਾਲੇ ਹਨ, ਇਹਨਾਂ ਨਾਲ ਵਜਨ ਤੋਲ ਕੇ ਦੇਈਦਾ, ਸੌਦਾ ਵੇਚਣ ਵਾਸਤੇ ਤੋਲਣ ਵਾਸਤੇ ਰੱਖੇ ਹਨ। ਮਹਾਰਾਜ ਕਹਿੰਦੇ ਇਹਨਾਂ ਵੱਟਿਆਂ ਦਾ ਦੱਸ, ਇਹ ਕਿਹੜਾ ਵੱਟਾ? ਉਹ ਕਹਿੰਦਾ ਜੀ ਇਹ ਦੋ ਸੇਰ ਦਾ ਵੱਟਾ ਹੈ। ਆਹ ਵੱਟਾ, ਇਹ ਵੱਟਾ ਮਹਾਰਾਜ 1 ਕਿਲੋ ਦਾ, 1 ਸੇਰ ਦਾ ਹੈ, ਉਸ ਤੋਂ ਛੋਟਾ ਇਹ ਅੱਧ ਸੇਰ ਦਾ ਹੈ, ਸਭ ਤੋਂ ਛੋਟਾ ਵੱਟਾ ਭਾਈਆਂ ਦਾ ਹੈ। ਜਦੋਂ ਭਾਈਆਂ ਦਾ ਵੱਟਾ ਸੁਣਿਆ, ਮਹਾਰਾਜ ਨੇ ਹੱਥ 'ਚ ਪਕੜ ਕੇ ਕਹਿੰਦੇ ਵਾਹ ਵਾਹ, ਦੇਖ ਮਰਦਾਨਿਆ, ਦੇਖੋ ਕਮਾਲ ਹੈ, ਇਹ ਸਾਰਿਆਂ ਤੋਂ ਵੱਡਾ ਬਣ ਗਿਆ, ਹੈ ਤਾਂ ਛੋਟਾ ਪਰ ਇਹ ਪਾਈਆ ਇਹਨੇ ਪਾ ਲਿਆ ਹੈ। ਜਦੋਂ ਇਹ ਵਚਨ ਕਿਹਾ ਨਾ, ਤਾਂ ਉਸ ਵਪਾਰੀ ਦੀ ਸੋਚ ਬਦਲ ਗਈ, ਉਹ ਸਮਝ ਗਿਆ ਵੀ ਇਹ ਸੌਦਾ ਖਰੀਦਣ ਵਾਲੇ ਨਹੀਂ, ਇਹ ਤਾਂ ਕੋਈ ਮਹਾਂਪੁਰਸ਼ ਨੇ, ਕੋਈ ਸਾਧੂ ਨੇ, ਬੰਦਗੀ ਵਾਲੇ ਨੇ। ਅਤੇ ਉਹ ਬੜੀ ਸ਼ਰਧਾ 'ਚ ਆ ਗਿਆ ਅਤੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਉਸਨੇ ਮੱਥਾ ਟੇਕ ਦਿੱਤਾ। ਜਦੋਂ ਉਸਨੇ ਮੱਥਾ ਟੇਕਿਆ ਤਾਂ ਸਤਿਗੁਰਾਂ ਨੇ ਸਿਰ 'ਤੇ ਹੱਥ ਰੱਖ ਦਿੱਤਾ। ਜਿਉਂ ਹੀ ਮਹਾਰਾਜ ਨੇ ਸਿਰ 'ਤੇ ਹੱਥ ਰੱਖਿਆ, ਉਸੇ ਵੇਲੇ ਹੀ ਸੁਰਤ ਜਿਹੜੀ ਹੈ ਉਹ ਟਿਕਾਣੇ ਪਹੁੰਚ ਗਈ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ 'ਤੇ। ਕਪਾਟ ਖੁੱਲ ਗਏ, 3 ਭਵਨ ਕੀ ਸੋਝੀ ਪਰੀ, 3 ਭਵਨਾਂ ਦੀ ਸੋਝੀ ਹੋ ਗਈ, ਸਾਰਾ ਗਿਆਨ ਹੋ ਗਿਆ। ਜਿੱਥੇ ਕੋਈ ਬੜੇ ਤਪੱਸਵੀ ਨੂੰ ਵੀ ਬੜੀ ਲੰਮੀ ਤਪੱਸਿਆ ਕਰਕੇ ਪਹੁੰਚਣਾ ਨਸੀਬ ਨਹੀਂ ਹੁੰਦਾ, ਉਹ ਬੰਦਾ ਪਲ ਵਿੱਚ ਹੀ ਹੋ ਗਿਆ। ਬਾਅਦ ਵਿੱਚ ਭਾਈ ਮਰਦਾਨੇ ਪੁੱਛਿਆ, ਮਹਾਰਾਜ ਬੜੇ ਬੜੇ ਲੋਕ ਤਪੱਸਿਆ ਕਰਨ ਵਾਲੇ, ਸਾਧਨਾ ਕਰਨ ਵਾਲੇ ਲੱਗੇ ਰਹਿੰਦੇ ਹੈ, ਇਸ ਬੰਦੇ 'ਤੇ ਤੁਸੀਂ ਬੜੀ ਛੇਤੀ ਕਿਰਪਾ ਕਰ ਦਿੱਤੀ, ਰਸਤੇ ਜਾਂਦਿਆਂ ਹੀ ਉਹਨੂੰ ਰੋਕ ਕੇ ਅਤੇ ਉਹਨੂੰ ਤੁਸੀਂ ਬ੍ਰਹਮ ਗਿਆਨ ਦੇ ਦਿੱਤਾ। ਸਤਿਗੁਰੂ ਕਹਿਣ ਲੱਗੇ, ਭਾਈ ਇਹੀ ਗੁਰੂ ਦੀ ਖੇਡ ਹੁੰਦੀ ਹੈ, ਗੁਰੂ ਚਾਹੇ ਪਲ ਵਿੱਚ ਹੀ ਦੇ ਦਿੰਦਾ ਹੈ, ਪਰ ਇਹਦਾ ਪਿਛਲੇ ਜਨਮਾਂ ਦਾ ਵੀ ਜਪ ਤਪ ਬਹੁਤ ਸੀਗਾ, ਹੁਣ ਇਹਦਾ ਮੌਕਾ ਸੀਗਾ ਇਹਨੂੰ ਫਲ ਮਿਲਣ ਦਾ, ਉਹ ਮਿਲ ਗਿਆ ਹੈ। ਸੋ ਖਾਲਸਾ ਜੀ, ਸਤਿਗੁਰਾਂ ਦੇ ਘਰ ਸਭ ਕੁਛ ਹੈ, ਸਿਰਫ ਸਾਡਾ ਭਾਂਡਾ ਮੂਧਾ ਹੈ, ਉਹਦਾ ਭਾਂਡਾ ਕੁਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਸਾਡੇ ਭਾਂਡੇ 'ਚ ਵਿਸ਼ੇ ਵਿਕਾਰ ਬਹੁਤ ਪਏ ਹੋਏ ਨੇ, ਅੰਮ੍ਰਿਤ ਨਾਮ ਕਿੱਥੋਂ ਪਵੇ? ਮਹਾਰਾਜ ਕਿਰਪਾ ਕਰਨ, ਭਾਂਡਾ ਸਾਡਾ ਸਿੱਧਾ ਹੋ ਕੇ ਗੁਰੂ ਚਰਨਾਂ 'ਚ ਟਿਕੇ, ਹਿਰਦਾ ਸ਼ੁੱਧ ਹੋਵੇ ਤਾਂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਹੋਵੇ। ਸ਼੍ਰੀ ਕਲਗੀਧਰ ਪਿਤਾ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ 33 ਸਵਾਈਆਂ ਦੀ ਕਥਾ ਗੁਰੂ ਕੀ ਸੰਗਤ ਸਰਵਣ ਕਰ ਰਹੀ ਹੈ। ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵੱਡੀ ਵਡਿਆਈ ਪਿਛਲੇ 11 ਸਵਾਈਆਂ 'ਚ ਬਿਆਨ ਕੀਤੀ ਹੈ। ਵਾਰ ਵਾਰ ਮਹਾਰਾਜ ਦੱਸ ਰਹੇ ਸਨ ਕਿ ਸਤਿ ਸਦੈਵ ਸਦਾ, ਉਹ ਪਰਮਾਤਮਾ ਸਤ ਹੈ, ਸਦੈਵ ਹੈ, ਸਦਾ ਹੈ, ਉਹਦੇ ਨਾਮ ਦੇ ਨਾਲ ਨਾਮ ਉਚਾਰ ਤਰੀ ਗਨਕਾ, ਗਨਕਾ ਵਰਗੀਆਂ ਪਾਪਣਾਂ ਵੀ ਤਰ ਗਈਆਂ, ਅਜਾਮਲ ਵਰਗੇ ਪਾਪੀ ਤਰ ਗਏ, ਧਰੂ ਪਹਿਲਾ ਤਰ ਗਏ। ਜਿਹੜਾ ਉਹਦੇ ਨਾਮ ਦਾ ਆਸਰਾ ਲਏਗਾ, ਅੱਜ ਵੀ ਉਹ ਪਰਮੇਸ਼ਰ ਉਹਦੀ ਬਾਂਹ ਫੜ ਕੇ ਉਹਨੂੰ ਇਸ ਭਾਵ ਸਾਗਰ ਤੋਂ ਪਾਰ ਲੰਘਾਉਣ ਲਈ ਉਸੇ ਤਰ੍ਹਾਂ ਹੀ ਹੈ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪੱਟ ਹੈ, ਸੱਚ ਨਹੀਂ ਪੁਰਾਣਾ ਹੁੰਦਾ। ਜੇ ਸਤਿਯੁਗ ਵਿੱਚ ਨਾਮ ਜਪ ਕੇ ਪਾਪੀ ਬੰਦੇ ਤਰ ਗਏ ਤਾਂ ਕਲਯੁਗ 'ਚ ਵੀ ਤਰ ਸਕਦੇ ਆ, ਜੇ ਕੋਈ ਸ਼ੰਕਾ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ।
ਹਰ ਯੁੱਗ ਵਿੱਚ ਪਰਮਾਤਮਾ ਉਸੇ ਤਰ੍ਹਾਂ ਹੀ ਨਵਾਂ ਨਰੋਆ ਹੈ ਅਤੇ ਉਹਦੇ ਨਾਮ ਦੀ ਸ਼ਕਤੀ ਵੀ ਕਦੀ ਪੁਰਾਣੀ ਨਹੀਂ ਹੋਣੀ। ਸ਼ਰਧਾ ਭਾਵਨਾ ਨਾਲ ਵਾਹਿਗੁਰੂ 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 ਜਪ ਲਓ, ਬੇੜਾ ਬੰਨੇ ਲੱਗੇਗਾ। ਸਤਿਗੁਰੂ ਕਲਗੀਧਰ ਪਾਤਸ਼ਾਹ ਇਸ ਗੱਲ ਦੀ ਤਸਦੀਕ ਕਰ ਰਹੇ ਨੇ ਆਪਣੇ ਬਚਨਾਂ ਵਿੱਚ, ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਵਾਰ ਵਾਰ ਇਹੀ ਬਚਨ ਕਹਿੰਦੇ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਜਹਿ ਹਰ ਸਿਮਰਨ ਭਇਆ, ਜਿੱਥੇ ਵਾਹਿਗੁਰੂ ਦਾ ਸਿਮਰਨ ਹੋ ਗਿਆ ਤਹਿ ਉਪਾਧ ਗਤ ਕੀਨੀ, ਉੱਥੇ ਆਦੀਆਂ ਵਿਆਧੀਆਂ ਉਪਾਧੀਆਂ ਨਹੀਂ ਰਹਿੰਦੀਆਂ, ਸਭ ਦੁੱਖ ਕਲੇਸ਼ ਮਿਟ ਜਾਂਦੇ ਹਨ। ਜਹਿ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੀ, ਵੱਡ ਭਾਗੀ ਹਰ ਜਪਣਾ, ਜਾਂ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਸੋ ਖਾਲਸਾ ਜੀ, ਆਓ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਪਿਤਾ ਜੀ ਦੇ ਬਚਨ ਸੁਣੀਏ। ਮਹਾਰਾਜ ਕਹਿੰਦੇ ਦੇਖੋ, ਕੁਝ ਬੰਦੇ ਜਿਹੜੇ ਪਰਮੇਸ਼ੁਰ ਦੇ ਪਿਆਰੇ ਨਾਮ ਜਪਣ ਵਾਲੇ, ਉਹ ਤਾਂ ਨਾਮ ਜਪ ਕੇ ਤਰ ਗਏ ਨੇ, ਪਰ ਕੁਝ ਲੋਕ ਭਰਮ ਭੁਲੇਖਿਆਂ ਜੀ ਪਏ ਹੋਏ ਨੇ। ਕਿਹੜੇ ਕਿਹੜੇ ਭਰਮ ਲੋਕਾਂ ਨੂੰ ਪਏ ਹੋਏ ਨੇ? ਲੋਕ ਕਿੱਥੇ ਖਲੋ ਗਏ ਨੇ? ਧਰਮ ਦੇ ਰਾਹ 'ਤੇ ਤੁਰੇ ਤਾਂ ਸੀ, ਪਰ ਰਸਤੇ 'ਚ ਡੇਰਾ ਲਾ ਬੈਠੇ ਹੈ। ਭਾਵੇਂ ਹਿੰਦੂ ਹਨ, ਭਾਵੇਂ ਮੁਸਲਮਾਨ, ਭਾਵੇਂ ਈਸਾਈ, ਭਾਵੇਂ ਯਹੂਦੀ, ਭਾਵੇਂ ਜੈਨੀ, ਭਾਵੇਂ ਬੋਧੀ, ਭਾਵੇਂ ਸਿੱਖ, ਕੋਈ ਮਤ ਦਾ ਮਤ ਮਜ਼ਹਬ ਦਾ ਖਿਆਲ ਨਾ ਕਰਨਾ। ਖਾਲਸਾ ਜੀ, ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦਸਮ ਦੀ ਬਾਣੀ, ਇਹ ਇਨਸਾਨ ਨੂੰ ਉਪਦੇਸ਼ ਦਿੰਦੀ ਹੈ, ਕਿਸੇ ਜਾਤੀ ਵਰਗ ਨੂੰ ਨਹੀਂ। ਵੀ ਇਹ ਨਹੀਂ ਵੀ ਕਿਸੇ ਇੱਕ ਧਰਮ ਨੂੰ ਉਪਦੇਸ਼ ਦਿੱਤਾ ਅਤੇ ਦੂਜੇ ਨੂੰ ਨਹੀਂ ਦਿੱਤਾ। ਮਹਾਰਾਜ ਦਾ ਉਪਦੇਸ਼ ਸਾਰੀ ਦੁਨੀਆ ਲਈ ਸਾਂਝਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਪੂਰੀ ਮਾਨਵਤਾ ਦੇ ਅੰਦਰ ਜਿਹੜੀਆਂ ਬੁਰਾਈਆਂ ਨੇ, ਜਿਹੜੀਆਂ ਇਨਸਾਨ ਦੀਆਂ ਕਮਜ਼ੋਰੀਆਂ ਨੇ, ਉਹ ਗੁਰੂ ਸਾਹਿਬ ਕੱਢ ਰਹੇ ਨੇ। ਆਓ ਪਿਆਰ ਨਾਲ ਬਚਨ ਕਲਗੀਧਰ ਪਾਤਸ਼ਾਹ ਮਹਾਰਾਜ ਸਰਬੰਸਦਾਨੀ ਪਿਤਾ ਜੀ ਦੇ ਬਚਨ ਸੁਣੀਏ। ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਹੂ ਲੈ ਠੋਕ ਬੱਧੇ ਔਰ ਠਾਕੁਰ। ਮਹਾਰਾਜ ਕਹਿੰਦੇ ਕਈਆਂ ਨੇ ਠਾਕੁਰ ਪੂਜਾ ਉੱਤੇ ਹੀ ਸਾਰਾ ਜ਼ੋਰ ਲਾ ਦਿੱਤਾ, ਪੱਥਰ ਦੇ ਠਾਕੁਰ ਬਣਾ ਕੇ ਸਾਲਗ੍ਰਾਮ ਬਿਪ ਪੂਜ ਮਨਾਵ ਹੋ ਸੁਕਿਰਤ ਤੁਲਸੀ ਮਾਲਾ। ਸਾਲਗ੍ਰਾਮ ਦੀ ਪੂਜਾ, ਪੱਥਰ ਦੀ ਪੂਜਾ ਕਰਦੇ ਹੈ, ਅਤੇ ਕਈ ਲੋਕ ਸਾਲਗ੍ਰਾਮ ਗਲ ਵਿੱਚ ਵੀ ਲਟਕਾ ਕੇ ਰੱਖਦੇ ਹੈ। ਇੱਕ ਸੰਪਰਦਾਇ ਐਸੀ ਵੀ ਹੈ ਜਿਹੜੇ ਸਾਲਗ੍ਰਾਮ ਭਗਵਾਨ ਦਾ ਮੂਰਤੀ ਪੱਥਰ ਦੀ ਬਣਾਈ ਹੋਈ, ਉਹਨੂੰ ਗਲ ਦੇ ਵਿੱਚ ਕਾਹੂ ਲਾ ਲਿੰਗ ਕਰੇ ਲਟਕਾਇਓ, ਸ਼ਿਵਲਿੰਗ ਬਣਾ ਕੇ ਗਲ 'ਚ ਲਟਕਾਈ ਫਿਰਦੇ ਹੈ ਪੱਥਰ ਦਾ। ਇੱਕ ਗੰਢਕਾ ਨਦੀ ਹੈ ਖਾਲਸਾ ਜੀ, ਉਸ ਗੰਢਕਾ ਨਦੀ 'ਚੋਂ ਜਿਹੜੇ ਕਾਲੇ ਰੰਗ ਦੇ ਪੱਥਰ ਨਿਕਲਦੇ, ਉਹਨਾਂ ਨੂੰ ਸਾਲਗ੍ਰਾਮ ਕਹਿੰਦੇ ਹਨ। ਸੋ ਸਾਲਗ੍ਰਾਮ ਨਾਮ ਦੇ ਇਸ ਭਗਵਾਨ ਦੀ ਪੂਜਾ ਭਾਰਤ ਵਿੱਚ ਬਹੁਤ ਪ੍ਰਾਚੀਨ ਕਾਲ ਤੋਂ ਹੁੰਦੀ ਆ ਰਹੀ ਹੈ। ਜਿਹੜੀਆਂ ਇਹ ਮੂਰਤੀ ਪੂਜਾ ਹਨ, ਇਹ ਸਨਾਤਨ ਧਰਮ ਦੇ ਵਿੱਚ ਬਹੁਤ ਬਾਅਦ ਵਿੱਚ ਸ਼ੁਰੂ ਹੋਈਆਂ, ਪਹਿਲਾਂ ਨਹੀਂ ਸਨ। ਵੈਦਿਕ ਯੁੱਗ ਦੇ ਵਿੱਚ ਜਦੋਂ ਵੇਦਾਂ ਦਾ ਸਮਾਂ ਸੀ, ਵੇਦਾਂ ਦੀ ਰਚਨਾ ਹੋਈ ਹੈ, ਉਦੋਂ ਮੂਰਤੀ ਪੂਜਾ ਨਹੀਂ ਸੀ। ਜਦੋਂ ਵੈਦਿਕ ਧਰਮ ਨੂੰ ਪਿੱਛੇ ਕਰਨ ਵਾਸਤੇ ਜੈਨੀਆਂ ਨੇ ਪ੍ਰਚਾਰ ਕਰ ਦਿੱਤਾ ਵੀ ਵੇਦ ਤਾਂ ਝੂਠ ਦੀਆਂ ਕਿਤਾਬਾਂ ਹਨ, ਔਰ ਜਿਹੜੇ ਪੰਡਿਤ ਲੋਕ ਹਨ ਇਹ ਠੱਗ ਹਨ, ਅਤੇ ਮੰਦਰ ਦੁਕਾਨਾਂ ਹਨ ਝੂਠ ਦੀਆਂ, ਇਹਨਾਂ ਨੂੰ ਬੰਦ ਕਰੋ,
ਕੋਈ ਭਗਵਾਨ ਪਰਮਾਤਮਾ ਨਹੀਂ ਹੈ, ਰੱਬ ਹੈ ਹੀ ਕੋਈ ਨਹੀਂ। ਜੈਨੀਆਂ ਦੀ ਜਿਹੜੀ ਫਿਲਾਸਫੀ ਹੈ ਉਹ ਕਹਿੰਦੇ ਵੀ ਪਰਮਾਤਮਾ, ਵਾਹਿਗੁਰੂ, ਈਸ਼ਵਰ ਕੰਟਰੋਲ ਕਰਨ ਵਾਲਾ ਕੋਈ ਨਹੀਂ ਹੈ। ਅੰਨ ਤੋਂ ਅੰਨ ਪੈਦਾ ਹੋ ਜਾਂਦਾ, ਬੰਦੇ ਤੋਂ ਬੰਦਾ ਪੈ ਜਾਂਦਾ, ਰੱਬ ਕੀ ਕਰਦਾ? ਕਹਿੰਦੇ ਰੱਬ ਕਿੱਥੇ ਹੈ? ਨਾਸਤਕ ਮਤ ਹੈ। ਸ੍ਰੀ ਕਲਗੀਧਰ ਜੀ ਕਹਿੰਦੇ ਨਾਸਤਕ ਮਤ ਉਪਰਾਜਨ ਕੀਨਾ। ਅਰਹੰਤ ਦੇਵ ਨੇ ਸਾਰਿਆਂ ਨੂੰ ਨਾਸਤਕ ਬਣਾ ਦਿੱਤਾ, ਸਾਰੇ ਨਾਸਤਕ ਹੋ ਗਏ, ਰੱਬ ਨੂੰ ਮੰਨਣਾ ਛੱਡ ਗਏ। ਫਿਰ ਯੁੱਗਾਂ ਦੇ ਪਰਿਵਰਤਨ ਆਏ, ਦੁਨੀਆ ਇਤਨੀ ਨਾਸਤਕ ਹੋ ਗਈ, ਪਰਮੇਸ਼ੁਰ ਨੇ ਸੋਚਿਆ ਵੀ ਹੁਣ ਇਹਨਾਂ ਨੂੰ ਆਸਤਕ ਵੀ ਬਣਾਈਏ। ਫਿਰ ਮਹਾਂਪੁਰਸ਼ਾਂ ਨੂੰ ਭੇਜਿਆ ਵੀ ਜਾਓ ਲੋਕਾਂ ਨੂੰ ਪ੍ਰਚਾਰ ਕਰੋ। ਜਦੋਂ ਮਹਾਂਪੁਰਸ਼ ਆਏ, ਵੈਦਿਕ ਵਿੱਦਿਆ ਦਾ ਪ੍ਰਚਾਰ ਕੀਤਾ ਵੀ ਰੱਬ ਹੈ, ਸ਼ਕਤੀਆਂ ਹਨ ਪਰਮੇਸ਼ੁਰ ਦੀਆਂ। ਲੋਕ ਕਹਿੰਦੇ ਦੱਸੋ ਕਿੱਦਾਂ ਦੀਆਂ? ਫਿਰ ਉਹਨਾਂ ਨੂੰ ਸਮਝਾਉਣ ਵਾਸਤੇ ਮੂਰਤੀ ਬਣਾਉਣੀ ਪਈ ਵੀ ਇੱਦਾਂ ਦਾ ਹੈ, ਇੱਦਾਂ ਦਾ ਮੰਨ ਲਓ ਵੀ ਧਿਆਨ ਲਾਉਣਗੇ ਤਾਂ ਹੀ ਕਿਤੇ ਪਹੁੰਚਣਗੇ। ਜਿਵੇਂ ਸਾਧ ਸਿੰਘ ਜੀ, ਅੱਜ ਕੱਲ੍ਹ ਆਪਾਂ ਨੂੰ ਵੀ ਫਿਲਮਾਂ ਦਾ ਆਸਣਾ ਲੈਣਾ ਪੈ ਰਿਹਾ ਹੈ। ਇੱਦਾਂ ਹੀ ਸਨਾਤਨ ਧਰਮ ਵਾਲਿਆਂ ਨੇ ਮੂਰਤੀ ਪੂਜਾ ਦਾ ਆਸਰਾ ਲਿਆ ਸੀਗਾ ਪ੍ਰਚਾਰ ਵਾਸਤੇ, ਵਾਸਤਵ ਵਿੱਚ ਮੂਰਤੀ ਪੂਜਾ ਨਹੀਂ ਸੀਗੀ, ਬਾਅਦ ਵਿੱਚ ਸ਼ੁਰੂ ਹੋਈ। ਪਰ ਕਈ ਇਤਨੇ ਹੀ ਹੋ ਗਏ ਵੀ ਮੂਰਤੀਆਂ ਨੂੰ ਹੀ ਪੂਜਣ ਲੱਗ ਪਏ, ਉਹ ਪਰਮੇਸ਼ੁਰ ਦੇ ਤੱਤ ਨੂੰ ਭੁੱਲ ਗਏ, ਉੱਥੇ ਹੀ ਖਲੋ ਗਏ, ਉੱਥੇ ਹੀ ਬਸ ਬਈ ਉਹਦੇ ਵਿੱਚ ਧਿਆਨ ਲੱਗ ਗਿਆ ਵੀ ਮੂਰਤੀ ਸੋਹਣੀ ਬਣੀ ਹੈ, ਇਹ ਭਗਵਾਨ ਦੀ ਮੂਰਤੀ ਹੈ, ਅਤੇ ਆਪਣੇ ਆਪਣੇ ਮਤ ਅਨੁਸਾਰ ਮੂਰਤੀ ਬਣਾ ਲਈ। ਸਤਿਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਕਾਹੂ ਲਾ ਠੋਕ ਬੱਧੇ ਉਰ ਠਾਕੁਰ। ਕਈਆਂ ਨੇ ਆਪਣੇ ਗਲ ਵਿੱਚ ਠਾਕੁਰ ਪਾ ਲਏ, ਕਈਆਂ ਨੇ ਠਾਕੁਰ ਦੇ ਉੱਤੇ ਆਪਣੀ ਨਿਸ਼ਠਾ ਇਤਨੀ ਕਰ ਲਈ ਵੀ ਹਰ ਚੀਜ਼ ਪੱਥਰ ਦੀ ਬਣਾ ਕੇ ਪੂਜਣ ਲੱਗ ਪਏ। ਕਾਹੂ ਮਹੇਸ਼ ਕੋ ਇਸ ਬਖਾਨਿਓ। ਤੇ ਕਿਸੇ ਨੇ ਸ਼ਿਵਜੀ ਨੂੰ ਹੀ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪੇਵ। ਸ਼ਿਵਜੀ ਨੂੰ ਹੀ ਆਪ ਈਸ਼ਵਰ ਮੰਨ ਲਿਆ, ਹਾਲਾਂਕਿ ਇਹ ਜਿਹੜੇ ਤਿੰਨ ਦੇਵਤੇ ਹਨ ਇਹਦੇ ਮਾਇਆ ਦੇ ਪੁੱਤਰ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਮਾਇਆ ਦੇ ਤਿੰਨ ਬੇਟੇ ਹੋਏ, ਤਿੰਨ ਪੁੱਤਰ ਹੋਏ, ਕਿਹੜੇ? ਇੱਕ ਸੰਸਾਰੀ, ਸੰਸਾਰੀ ਬਿਰਤੀ ਵਾਲਾ ਰਜੋਗੁਣ ਬ੍ਰਹਮਾ ਪੈਦਾ ਹੋਇਆ, ਜਿਹਦਾ ਕੰਮ ਹੈ ਮੋਹ ਕਰਨਾ ਅਤੇ ਸੰਤਾਨ ਦੀ ਉਤਪਤੀ ਕਰਨੀ। ਇਹ ਜਿਹੜੀ ਸਾਡੇ ਅੰਦਰ ਹੀ ਹੈ ਸਾਰੀ ਗੱਲ, ਵਾਸਤਵ ਵਿੱਚ ਸਾਡੇ ਅੰਦਰ ਹੈ। ਆਖੋ ਸ੍ਰੀ ਵਾਹਿਗੁਰੂ। ਮੋਹ ਅਤੇ ਕਾਮ ਵਾਲੀ ਬਿਰਤੀ ਰਜੋਗੁਣ ਤੋਂ ਹੁੰਦੀ ਹੈ। ਜਦੋਂ ਕਿਸੇ ਬੰਦੇ 'ਤੇ ਰਜੋਗੁਣ ਦਾ ਪ੍ਰਭਾਵ ਵੱਧ ਜਾਂਦਾ ਹੈ, ਉਹਦੇ ਅੰਦਰ ਕਾਮ ਵਾਸ਼ਨਾ ਅਤੇ ਮੋਹ ਵਾਸ਼ਨਾ ਪੈਦਾ ਹੁੰਦੀ ਹੈ, ਉਹ ਸੰਤਾਨ ਪੈਦਾ ਕਰਦਾ, ਬੱਚੇ ਪੈਦਾ ਕਰਦਾ, ਉਹਨਾਂ ਦੇ ਨਾਲ ਮੋਹ ਕਰਦਾ ਹੈ। ਇਹ ਜਿਹੜੀ ਬਿਰਤੀ ਹੈ ਇਹ ਬ੍ਰਹਮਾ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਸਤੋਗੁਣੀ ਬਿਰਤੀ ਵਾਲਾ ਦਿਆਲੂ ਕਿਸਮ ਦਾ ਹੈ, ਬੱਚਿਆਂ ਨੂੰ ਪਾਲਣਾ, ਸੰਸਾਰ ਨੂੰ ਰੋਜੀ ਦੇਣੀ, ਪਾਲਣਾ ਕਰਨੀ, ਪ੍ਰਸ਼ਾਦਾ ਦੇਣਾ, ਉਹ ਵਿਸ਼ਨੂੰ ਹੈ। ਇੱਕ ਲਾਏ ਦੀ ਬਾਣ, ਬਾਣ ਦਾ ਆਦਤ ਦਾ ਹੈ, ਇੱਕ ਨੂੰ ਲੈ ਕਰਨ ਦੀ ਆਦਤ ਹੈ, ਕਿਹੜਾ ਹੈ? ਉਹ ਸ਼ਿਵਜੀ ਹੈ ਵੀ ਸੰਸਾਰ ਦਾ ਨਾਸ ਕਰੇ। ਦਸਮ ਪਾਤਸ਼ਾਹ ਨੇ ਇਹ ਕਥਾ ਬੜੀ ਬਰੀਕੀ ਨਾਲ ਲਿਖੀ ਹੈ, ਦਸਮ ਪਾਤਸ਼ਾਹ ਦੀ ਬਾਣੀ ਦੀ 24 ਅਵਤਾਰਾਂ ਦੀ ਕਥਾ ਪੜ੍ਹੋ, ਫਿਰ ਸਮਝ ਆ ਜਾਂਦੀ ਹੈ ਗੱਲ ਵੀ ਕੀ ਹੈ। ਵਾਸਤਵ ਵਿੱਚ ਇੱਕੋ ਹੀ ਹੈ, ਦੋ ਤਿੰਨ ਨਹੀਂ ਹਨ। ਬ੍ਰਹਮ ਵਿਸ਼ਨ ਮੈਂ ਭੇਦ ਨਾ ਲਹੀ ਹੈ, ਸ਼ਾਸਤਰ ਸਿਮਰਤ ਪੀਤਰ ਇਵ ਕਹੀ ਹੈ। ਬ੍ਰਹਮ ਵਿਸ਼ਨੂੰ ਸ਼ਿਵ ਜੀ 'ਚ ਭੇਦ ਨਹੀਂ ਹੈ, ਪਰ ਇਹ ਗੱਲ ਸਾਰਿਆਂ ਦੀ ਸਮਝ ਨਹੀਂ ਆਉਂਦੀ।
ਉਹ ਬਰੀਕੀ ਦੀ ਗੱਲ ਹੈ। ਜਿਹੜਾ ਪਾਲਣ ਵਾਲਾ ਹੈ ਉਹ ਵਿਸ਼ਨੂੰ ਹੈ, ਜਿਹੜਾ ਪੈਦਾ ਕਰਨ ਵਾਲਾ ਹੈ ਉਹ ਬ੍ਰਹਮਾ ਹੈ, ਜਿਹੜਾ ਸਮੇਟਣ ਵਾਲਾ ਹੈ ਉਹ ਸ਼ਿਵਜੀ ਹੈ। ਕਹਿੰਦੇ ਜਦੋਂ ਬ੍ਰਹਮਾ ਨੇ ਸੰਸਾਰ ਦੀ ਰਚਨਾ ਕੀਤੀ ਔਰ ਵਿਸ਼ਨੂੰ ਪਾਲਣਾ ਕਰਨ ਲੱਗ ਪਿਆ, ਸੰਸਾਰ ਬਹੁਤ ਵੱਧ ਗਿਆ। ਮਹਾਰਾਜ ਕਹਿੰਦੇ ਜਦ ਧਰਮ ਚੱਲੇ ਤਬ ਜੀਓ ਬੜੇ, ਜਦੋਂ ਧਰਮ ਚੱਲੇਗਾ ਜੀ ਵਧਣਗੇ, ਗਿਣਤੀ ਵਧੇਗੀ, ਵਿਆਹ ਸ਼ਾਦੀਆਂ ਹੋਣਗੀਆਂ, ਬੱਚੇ ਹੋਣਗੇ, ਪਰਿਵਾਰ ਵਧਣਗੇ, ਵੱਧ ਗਈ ਦੁਨੀਆ। 84 ਲੱਖ ਜੂਨਾਂ ਦੇ ਜੀਵ ਇਤਨੇ ਜ਼ਿਆਦਾ ਵੱਧ ਗਏ, ਧਰਤੀ 'ਤੇ ਪੈਰ ਧਰਨ ਨੂੰ ਥਾਂ ਨਾ ਰਹੀ। ਫਿਰ ਪਰਮੇਸ਼ਰ ਨੇ, ਕਾਲ ਪੁਰਖ ਨੇ, ਵਾਹਿਗੁਰੂ ਨੇ ਵਿਸ਼ਨੂੰ ਨੂੰ ਬੁਲਾਇਆ, ਕਹਿਣ ਲੱਗੇ ਅਬ ਚੱਲ ਤੁਮ ਰੁਦਰ ਸਰੂਪ ਧਰੋ, ਜਗ ਜੀਵਨ ਕੋ ਸੰਘਾਰ ਕਰੋ। ਹੇ ਵਿਸ਼ਨੂੰ, ਤੂੰ ਹੀ ਹੁਣ ਸ਼ਿਵ ਜੀ ਦਾ ਰੂਪ ਧਾਰਨ ਕਰ ਲੈ, ਅਤੇ ਜਿੱਥੇ ਤੂੰ ਪੈਦਾ ਕਰਾਇਆ ਨਾ ਬ੍ਰਹਮਾ ਰੂਪ ਹੋ ਕੇ, ਉੱਥੇ ਹੁਣ ਇਹਨਾਂ ਨੂੰ ਸ਼ਿਵਜੀ ਰੂਪ ਹੋ ਕੇ ਮਾਰਨਾ ਵੀ ਕਰ, ਕਿਉਂਕਿ ਜੇ ਮਰਨਗੇ ਨਹੀਂ ਤਾਂ ਥਾਂ ਖਿੱਤੇ ਖਾਲੀ ਹੋਵੇਗੀ। ਜੇ ਜੰਮਦੇ ਹੀ ਰਹਿਣ, ਮਰਨ ਕੋਈ ਨਾ, ਮੌਤ ਆਵੇ ਕੋਈ ਨਾ, ਤਾਂ ਥਾਂ 'ਤੇ ਨਹੀਂ ਰਹਿਣੀ, ਧਰਤੀ 'ਤੇ ਸਾਰੇ ਪਾਸੇ ਜੀਵ ਜੀਵ ਹੋ ਜਾਣਗੇ। ਇਸ ਕਰਕੇ ਸਿਸਟਮ ਬਣਾ ਦਿੱਤਾ ਵੀ ਜਿਹੜਾ ਜੰਮੇਗਾ ਉਹਨੂੰ ਮਰਨਾ ਵੀ ਪਏਗਾ। ਸੋ ਮੌਤ ਦਾ ਦੇਵਤਾ ਬਣਾ ਦਿੱਤਾ ਸ਼ਿਵਜੀ ਨੂੰ, ਇੱਕ ਲਾਏ ਦੀ ਬਾਣ, ਉਹਦੀ ਸੁਭਾਅ ਆਦਤ ਬਣ ਗਈ ਸਾਰਿਆਂ ਨੂੰ ਲੈ ਕਰ ਦੇਣੀ, ਸਮੇਟਣ ਦੀ। ਉਹ ਝਾੜੂ ਫੇਰ ਦਿੰਦਾ ਜਦੋਂ ਕੋਈ ਸਮਾਂ ਆਉਂਦਾ, ਬਸ ਮਿੰਟੋ ਮਿੰਟੀ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਕਹਿੰਦੇ ਕਈ ਉਸੇ ਨੂੰ ਰੱਬ ਮੰਨੀ ਬੈਠੇ ਆ, ਕਾਹੂ ਮਹੇਸ਼ ਕੋ ਏਸ਼ ਬਖਾਨੇ ਹੋ, ਉਹਨੂੰ ਹੀ ਪਰਮੇਸ਼ੁਰ ਮੰਨ ਕੇ ਉਹਦੇ ਉੱਤੇ ਹੀ ਵਿਸ਼ਵਾਸ ਕਰੀ ਬੈਠੇ। ਹਾਲਾਂਕਿ ਪਰਮੇਸ਼ੁਰ ਤਾਂ ਉਸ ਤੋਂ ਬਹੁਤ ਵੱਡਾ, ਉੱਪਰ ਦੀ ਖੇਡ ਹੈ, ਉੱਪਰ ਤੱਕ ਬਿਰਤੀ ਨਹੀਂ ਜਾਂਦੀ, ਉੱਥੇ ਤੱਕ ਸੋਚ ਨਹੀਂ ਜਾਂਦੀ। ਉਹ ਸ਼ਿਵਜੀ ਦੀ ਮੂਰਤੀ ਨੂੰ ਹੀ ਪਰਮਾਤਮਾ ਮੰਨ ਕੇ ਪੂਜੀ ਜਾਂਦੇ ਹਨ। ਕਾਹੂ ਕਹਿਓ ਹਰ ਮੰਦਰ ਮੈਂ ਹਰ, ਹਾਂ ਕਈ ਕਹਿੰਦੇ ਕਿ ਪਰਮਾਤਮਾ ਹਰੀ ਮੰਦਰ 'ਚ ਰਹਿੰਦਾ ਹੈ, ਵਾਹਿਗੁਰੂ ਮੰਦਰਾਂ 'ਚ ਰਹਿੰਦਾ ਹੈ, ਰੱਬ ਮੰਦਰ 'ਚ ਰਹਿੰਦਾ ਹੈ। ਉਹ ਰੱਬ ਦਾ ਘਰ, ਜਿਹੜੇ ਹਿੰਦੂ ਲੋਕ ਹਨ ਉਹ ਰੱਬ ਦਾ ਘਰ ਮੰਦਰ ਨੂੰ ਮੰਨਦੇ ਹਨ, ਤੇ ਮੰਦਰ ਦੇ ਵਿੱਚ ਹੀ ਰੱਬ ਨੂੰ ਮੰਨਦੇ, ਵੀ ਰੱਬ ਸਿਰਫ ਮੰਦਰ 'ਚ ਹੀ ਰਹਿੰਦਾ ਹੈ। ਕਾਹੂ ਮਸੀਤ ਕੇ ਵਿੱਚ ਪਰਮਾਨੇ ਹੋ, ਤੇ ਮੁਸਲਮਾਨ ਕਹਿੰਦੇ ਆ ਮਸੀਤ ਵਿੱਚ ਰਹਿੰਦਾ ਹੈ। ਕਾਹੂ ਕਹਿਓ ਹਰ ਮੰਦਰ ਮੈਂ ਹਰ, ਕੋਈ ਕਹਿੰਦਾ ਹਰੀ ਮੰਦਰ ਵਿੱਚ ਰਹਿੰਦਾ ਹੈ, ਰੱਬ ਦਾ ਘਰ ਹੈ ਇਹ, ਹਰੀ ਦਾ ਘਰ ਹੈ ਇਹ। ਮੁਸਲਮਾਨ ਕਹਿੰਦੇ ਮਸੀਤ ਜਿਹੜਾ ਇਹ ਰੱਬ ਦਾ ਘਰ ਹੈ, ਅੱਲਾ ਇੱਥੇ ਰਹਿੰਦਾ। ਜੇ ਮੁਸਲਮਾਨ ਨੂੰ ਕਹੀਏ ਵੀ ਆ ਮੰਦਰ ਦੇ ਵਿੱਚ ਨਹੀਂ ਰਹਿੰਦਾ, ਉਹ ਕਹਿੰਦਾ ਬਿਲਕੁਲ ਨਹੀਂ, ਮੰਦਰ ਵਿੱਚ ਤਾਂ ਬੁੱਤਖਾਨਾ ਹੈ, ਕਹਿੰਦਾ ਬੁੱਤ ਨੇ ਇੱਥੇ ਤਾਂ, ਮੂਰਤੀਆਂ ਨੇ, ਇੱਥੇ ਰੱਬ ਕਿੱਥੇ ਰਹਿੰਦਾ। ਹਿੰਦੂ ਨੂੰ ਕਹੀਏ ਵੀ ਮਸੀਤ 'ਚ ਰੱਬ ਨਹੀਂ ਰਹਿੰਦਾ, ਕਹਿੰਦਾ ਬਿਲਕੁਲ ਨਹੀਂ, ਮੰਦਰ 'ਚ ਰਹਿੰਦਾ, ਮਨਸੀਤ 'ਚ ਨਹੀਂ ਰਹਿੰਦਾ। ਇਹ ਵਿਤਕਰਾ ਹੈ। ਹਿੰਦੂ ਨੂੰ ਮੰਦਰ ਦੇ ਵਿੱਚ ਰੱਬ ਨਜ਼ਰ ਆਉਂਦਾ, ਮੁਸਲਮਾਨ ਨੂੰ ਮਸੀਤ ਵਿੱਚ ਆਉਂਦਾ। ਹਿੰਦੂ ਨੂੰ ਮਸੀਤ ਵਿੱਚ ਨਹੀਂ ਦਿਸਦਾ, ਮੁਸਲਮਾਨ ਨੂੰ ਮੰਦਰ 'ਚ ਨਹੀਂ ਦਿਸਦਾ, ਇਹ ਫਰਕ ਹੈ। ਸਤਿਗੁਰੂ ਕਲਗੀਧਰ ਕਹਿੰਦੇ ਕਾਹੂ ਕਹਿਓ ਹਰ ਮੰਦਰ ਮੈਂ ਹਰ, ਕੋਈ ਕਹਿੰਦਾ ਮੰਦਰ 'ਚ ਹੈ, ਕੋਈ ਕਹਿੰਦਾ ਮਸੀਤ ਵਿੱਚ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸੇ ਕਰਕੇ ਮੱਕੇ ਗਏ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ ਕੂਜਾ ਵਾਂਗ ਮੁਸੱਲਾ ਧਾਰੀ। ਮੁਸਲਮਾਨਾਂ ਵਾਲਾ ਭੇਸ ਬਣਾ ਕੇ ਪਾਤਸ਼ਾਹ ਰਾਤ ਨੂੰ ਜਾ ਕੇ ਜਦੋਂ ਮਸੀਤ ਵਿੱਚ ਸੁੱਤੇ ਜਾਂ ਬਾਬਾ ਸੁੱਤਾ, ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜਿੱਧਰ ਮੱਕਾ ਕਾਬਾ ਸੀ, ਮਹਿਰਾਬਾ ਸੀ, ਉੱਧਰ ਪੈਰ ਕਰ ਲਏ।
ਅੰਮ੍ਰਿਤ ਵੇਲੇ 2:30 ਵਜੇ ਜੀਵਨ ਕਾਜੀ ਆਉਂਦਾ ਸੀ। ਉਹਨੇ ਆ ਕੇ ਦੇਖਿਆ ਬਾਕੀ ਸਾਰੇ ਠੀਕ ਸੁੱਤੇ ਆ, ਦਰੁਸਤ ਪਏ ਆ। ਇਹ ਬੰਦਾ ਕੌਣ ਹੈ? ਇਹ ਖੁਦਾ ਦੇ ਵੱਲ, ਅੱਲਾ ਦੇ ਵੱਲ, ਰੱਬ ਦੇ ਘਰ ਵੱਲ ਲੱਤਾਂ ਕਰੀ ਬੈਠਾ ਤੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਉਹਨੇ ਲੱਤਾਂ ਫੜ ਲਈਆਂ। ਪਹਿੰਦੇ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤ ਮਾਰੀ ਕਹਿਣ ਲੱਗਾ ਕਿਹੜਾ ਕਾਫਰ ਸੁੱਤਾ। ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ, ਬੇਸਮਝੀ ਨਾਲ ਸੁੱਤਾ। ਬਾਬਾ ਜੀ ਬੜੇ ਠਰਮੇ ਨਾਲ ਤਰੀਕੇ ਨਾਲ ਬੋਲੇ, ਕਹਿਣ ਲੱਗੇ ਕਾਜੀ ਸਾਹਿਬ, ਅਸੀਂ ਆਏ ਹਾਂ ਹਿੰਦੁਸਤਾਨ 'ਚੋਂ, ਥੱਕੇ ਹੋਏ ਸੀ, ਜਿੱਧਰ ਰੱਬ ਦਾ ਘਰ ਸਾਨੂੰ ਨਹੀਂ ਪਤਾ ਕਿੱਧਰ ਹੈ ਕਿੱਧਰ ਨਹੀਂ, ਥੱਕੇ ਪੈ ਗਏ। ਹੁਣ ਤੁਸੀਂ ਸਿਆਣੇ ਹੋ, ਜਿੱਧਰ ਰੱਬ ਦਾ ਘਰ ਨਹੀਂ, ਸਾਡੀਆਂ ਟੰਗਾਂ ਉੱਧਰ ਕਰ ਦਿਓ। ਭਾਈ ਸਾਹਿਬ ਗੁਰਦਾਸ ਜੀ ਲਿਖਦੇ, ਟੰਗੋ ਪਕੜ ਘਸੀਟਿਆ, ਲੱਤਾਂ ਫੜ ਲਈਆਂ ਅਤੇ ਘਸੀਟ ਕੇ ਦੂਜੇ ਪਾਸੇ ਲੈ ਗਿਆ ਕਾਜੀ। ਉਹਦੇ ਪਿੱਛੇ ਦੇਖਿਆ ਵੀ ਹੁਣ ਤਾਂ ਠੀਕ ਹੈ, ਵੀ ਪਿੱਛੇ ਲੱਤਾਂ ਜਿੱਧਰ ਮੈਂ ਕੀਤੀਆਂ ਨੇ ਉੱਧਰ ਮੱਕਾ ਤਾਂ ਨਹੀਂ ਨਜ਼ਰ ਆ ਰਿਹਾ, ਉਹਨੂੰ ਮੱਕਾ ਉੱਧਰ ਹੀ ਨਜ਼ਰ ਆਇਆ। ਫਿਰ ਘੁੰਮਾ ਕੇ ਦੂਜੇ ਪਾਸੇ ਲੈ ਗਿਆ, ਉੱਧਰ ਜਾ ਕੇ ਪਿੱਛੇ ਦੇਖਿਆ ਫਿਰ ਮੱਕਾ ਉੱਥੇ ਨਜ਼ਰ ਆਇਆ। 3-4 ਵਾਰੀ ਘੁੰਮਾ ਕੇ ਹਾਰ ਕੇ ਲੱਤਾਂ ਛੱਡ ਦਿੱਤੀਆਂ, ਜਿੱਧਰ ਉਹ ਮਹਾਰਾਜ ਦੇ ਪੈਰ ਕਰਦਾ ਮੱਕਾ ਉੱਧਰ ਹੀ ਹੈ। ਅਸਲ 'ਚ ਗੁਰੂ ਨਾਨਕ ਸਾਹਿਬ ਦਾ ਮਕਸਦ ਇਹ ਨਹੀਂ ਸੀ ਵੀ ਮੱਕੇ ਵੱਲ ਪੈਰ ਕਰਕੇ ਮੱਕੇ ਦੀ ਨਰਾਦਰੀ ਕਰਦੇ। ਕਿਸੇ ਧਰਮ ਸਥਾਨ ਦੀ, ਪਵਿੱਤਰ ਸਥਾਨ ਦੀ ਬੇਅਦਬੀ ਕਰਨੀ ਗੁਰਮਤ ਨਹੀਂ ਹੈ। ਗੁਰੂ ਨਾਨਕ ਸਾਹਿਬ ਉੱਪਰਲੀ ਗੱਲ ਕਰ ਰਹੇ ਸਨ। ਉਹ ਕਹਿੰਦੇ ਸੀ ਵੀ ਤੁਸੀਂ ਰੱਬ ਨੂੰ ਇੱਥੇ ਤਾਂ ਮੰਨੀ ਬੈਠੇ ਹੋ, ਬਾਕੀ ਪਾਸੇ ਵੀ ਮੰਨ ਲਓ, ਦੂਜਿਆਂ 'ਚ ਰੱਬ ਕੋਈ ਨਹੀਂ। ਜਿਹੜਾ ਰੱਬ ਮੱਕੇ 'ਚ ਹੈ ਉਹ ਮੰਦਰ 'ਚ ਵੀ ਹੈ, ਉਹ ਹਰਿਦੁਆਰ 'ਚ ਵੀ ਹੈ, ਪਰ ਤੁਸੀਂ ਉਹਨਾਂ ਮੰਦਰਾਂ ਨੂੰ ਤਾਂ ਢਾ ਦਿੰਦੇ ਹੋ ਜਾ ਕੇ ਵੀ ਇੱਥੇ ਰੱਬ ਨਹੀਂ, ਰੱਬ ਤਾਂ ਮੱਕੇ 'ਚ ਹੈ। ਇਹ ਭੁਲੇਖਾ ਛੱਡੋ, ਰੱਬ ਸਾਰਿਆਂ 'ਚ ਦੇਖੋ, ਆਖੋ ਸ਼੍ਰੀ ਵਾਹਿਗੁਰੂ। ਐਸੀ ਕੋਈ ਥਾਂ ਨਹੀਂ ਜਿੱਥੇ ਭਗਵਾਨ ਦੀ ਜੋਤ ਪ੍ਰਕਾਸ਼ ਨਾ ਕਰਦੀ ਹੋ। ਸਭ ਮੈਂ ਜੋਤ, ਜੋਤ ਹੈ ਸੋਏ, ਇਸਦਾ ਚਾਨਣ ਸਭ ਮੈਂ ਚਾਨਣ ਹੋਏ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਕੌਤਕ ਵੇਖਿਆ ਫਿਰ ਉਹਨਾਂ ਨੂੰ ਸਮਝ ਆ ਗਈ, ਚਰਨਾਂ 'ਤੇ ਢਹਿ ਪਏ, ਮੁਰੀਦ ਬਣ ਗਏ। ਮਤ ਦਿੱਤੀ ਉਹਨਾਂ ਨੂੰ, ਅਕਲ ਦਿੱਤੀ, ਸਾਰੇ ਪਾਸੇ ਸਾਰੇ ਬੰਦਿਆਂ 'ਚ ਰੱਬ ਦੀ ਜੋਤ ਵੇਖਿਆ ਕਰੋ। ਪਰ ਇਨਸਾਨ ਫਿਰ ਮੁੜ ਘਿੜ ਕੇ ਚਲੋ ਉਹ ਤਾਂ ਮੁਸਲਮਾਨ ਸੀਗੇ, ਆਪਾਂ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਆਪਾਂ ਕਿਹੜਾ ਦੂਜੇ 'ਚ ਰੱਬ ਦੇਖਦੇ ਹਾਂ, ਆਪਣਾ ਹੀ ਕਹਿੰਦੇ ਰੱਬ। ਬਾਕੀ ਤਾਂ ਸਾਰੇ ਨਰਕਾਂ ਨੂੰ ਜਾਣਗੇ, ਸਿੱਖਾਂ ਨੇ ਸੱਚਖੰਡ ਦਾ ਠੇਕਾ ਲਿਆ ਹੋਇਆ। ਕਿਸੇ ਨੂੰ ਪੁੱਛ ਲਓ, ਦੂਜੇ ਧਰਮ ਦੇ ਬੰਦੇ ਦਾ ਅਸੀਂ ਸਤਿਕਾਰ ਨਹੀਂ ਕਰਦੇ, ਆਪਣੇ ਦਾ ਨਹੀਂ ਕਰਦੇ, ਦੂਜਿਆਂ ਦਾ ਤਾਂ ਕੀ ਕਰਨਾ ਜੇ। ਪਰ ਗੁਰੂ ਸਾਹਿਬ ਦੀ ਬਾਣੀ ਉੱਪਰ ਦੀ ਗੱਲ ਕਰਦੀ ਹੈ। ਗੁਰੂ ਸਾਹਿਬ ਕਹਿੰਦੇ ਆ ਵੀ ਨਹੀਂ ਭਾਈ, ਪਰਮੇਸ਼ੁਰ ਸਾਰਿਆਂ ਵਿੱਚ ਜਾਣੋ। ਕਾਹੂ ਕਹਿਓ ਹਰ ਮੰਦਰ ਮੈਂ, ਕਿਸੇ ਨੇ ਕਿਹਾ ਹਰੀ ਦਾ ਵਾਸਾ ਮੰਦਰ ਵਿੱਚ ਹੈ, ਕਾਹੂ ਮਸੀਤ ਕੇ ਬੀਚ ਬ੍ਰਹਮਾਨਿਓ, ਕੋਈ ਕਹਿੰਦਾ ਰੱਬ ਮਸੀਤ ਵਿੱਚ ਹੈ। ਕਾਹੂ ਨੇ ਰਾਮ ਕਹਿਓ ਕ੍ਰਿਸ਼ਨ ਕਹੋ, ਕਿਸੇ ਨੇ ਆਖਿਆ ਉਹ ਰਾਮ ਹੈ, ਉਹ ਰਮਿਆ ਹੋਇਆ ਹੈ। ਕਿਸੇ ਨੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਸਰੂਪ ਮੰਨ ਕੇ ਕਿਹਾ ਵੀ ਇਹ ਰਾਮ ਹੀ ਅਸਲ ਭਗਵਾਨ ਹੈ, ਬਾਕੀ ਸਭ ਨਹੀਂ। ਇੱਥੇ ਬੜੀ ਬਰੀਕ ਵਿਚਾਰ ਹੈ, ਸੂਖਮ ਗੱਲ ਹੈ, ਜਿੱਥੇ ਅੱਜ ਸਾਡੇ ਕਥਾਵਾਚਕ ਵੀ ਸਟੇਜ ਦੇ ਉੱਤੇ ਕਈ ਵਾਰੀ ਉਲਝ ਜਾਂਦੇ ਨੇ। ਕਥਾ ਕਰਨ ਲੱਗਿਆ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੁੰਦਾ ਵੀ ਬਾਹਰ ਜੋੜੇ ਖਾਨੇ 'ਚ ਕੋਈ ਨਾ ਕੋਈ ਡਾਂਗ ਲੈ ਕੇ ਖੜਾ ਹੋਣਾ, ਕਥਾ ਕਰਕੇ ਬਾਹਰ ਨਿਕਲਾਂਗੇ
ਅਤੇ ਡਾਂਗ ਵਾਲੇ ਵੀ ਇਹੋ ਜਿਹੇ ਹੁੰਦੇ ਆ ਵੀ ਉਹ ਮਾਰਦੇ ਵੀ ਟਿਕਾ ਕੇ ਗਿੱਟਿਆਂ ਦੇ ਹੀ ਨੇ, ਗੱਲ ਦਾ ਪਤਾ ਹੀ ਨਹੀਂ ਹੁੰਦਾ ਵੀ ਗੱਲ ਕਿਵੇਂ ਕਰਨੀ ਹੈ, ਸਵਾਲ ਕਰਨ ਦਾ ਵੀ ਢੰਗ ਨਹੀਂ ਹੁੰਦਾ, ਲੜਨ ਨੂੰ ਪੈ ਜਾਂਦੇ ਆ। ਤੋ ਇਸ ਕਰਕੇ ਪ੍ਰਚਾਰਕਾਂ ਨੂੰ ਵੀ ਕਈ ਗੱਲਾਂ ਬੜੇ ਸੋਚ ਸੋਚ ਕੇ ਕਰਨ ਕਹਿਣੀਆਂ ਪੈਂਦੀਆਂ। ਗੁਰਬਾਣੀ ਦੀ ਵਿਆਖਿਆ ਬੜੀ ਗੰਭੀਰ ਹੈ, ਇੱਕ ਦਿਨ ਦਾ ਵਿਸ਼ਾ ਨਹੀਂ, ਇੱਕ ਦਿਨ ਸੁਣਿਆ ਵੀ ਗੱਲ ਨਹੀਂ ਸਮਝ ਆਉਂਦੀ। ਜਿਹੜੇ ਕਹਿੰਦੇ ਵੀ ਅਸੀਂ ਇੱਕ ਦਿਨ ਆਏ ਹਾਂ ਕਥਾ ਸੁਣੀ, ਮੈਨੂੰ ਬਹੁਤੇ ਲੋਕਾਂ ਤੋਂ ਇਹ ਸੁਣਨ ਨੂੰ ਮਿਲਦਾ, ਗਿਆਨੀ ਜੀ ਆਹ ਗੱਲ ਤਾਂ ਅਸੀਂ ਪਹਿਲੀ ਵਾਰ ਸੁਣੀ ਹੈ। ਮੈਂ ਕਹਿੰਦਾ ਹੁੰਦਾ ਭਾਈ ਮੇਰਾ ਕੀ ਕਸੂਰ ਹੈ, ਤੂੰ ਪਹਿਲਾਂ ਸੁਣ ਲੈਣੀ ਸੀ, ਵੀ ਜੇ ਤੂੰ ਪਹਿਲੀ ਵਾਰੀ ਸੁਣੀ ਹੈ ਤਾਂ ਮੇਰਾ ਕਸੂਰ ਕੋਈ ਨਹੀਂ, ਸੁਣਨ ਵਾਲਾ ਤੂੰ ਪਹਿਲਾਂ ਨਹੀਂ ਆਇਆ ਸੁਣਨ। ਜੇ ਕੋਈ ਬੱਚਾ ਪਹਿਲੇ ਦਿਨ ਹੀ ਸਕੂਲ 'ਚ ਆ ਕੇ ਕਹੇ ਵੀ MA ਦੀ ਕਲਾਸ ਮੈਨੂੰ ਅੱਜ ਹੀ ਪੜ੍ਹਾ ਦਿਓ, ਇੱਦਾਂ ਹੁੰਦਾ ਨਹੀਂ, ਸਹਿਜੇ ਸਹਿਜੇ ਸਮਝ ਆਉਂਦੀ ਖਾਲਸਾ ਜੀ, ਸੁਣਦਿਆਂ ਸੁਣਦਿਆਂ ਪਤਾ ਲੱਗਦਾ। ਜਿਹੜੀ ਗੱਲ ਅੱਜ ਸੁਣੀ ਹੈ ਉਹਨੂੰ ਸੁਣਦੇ ਰਹੋ, ਹੋ ਸਕਦਾ ਕੱਲ੍ਹ ਨੂੰ ਹੋਰ ਕਲੀਅਰ ਹੋ ਜਾਵੇ, ਪਰਸੋਂ ਹੋਰ ਗੱਲ ਸਮਝ ਆ ਜਾਵੇ, ਚੱਲੀ ਚਲੋ, ਇੱਕ ਦਿਨ ਸਾਰੀ ਗੱਲ ਨਹੀਂ ਸਮਝ ਆਉਂਦੀ, ਸੁਣਦਿਆਂ ਸੁਣਦਿਆਂ। ਦੇਖੋ ਜਪਜੀ ਸਾਹਿਬ ਜੀ ਮਹਾਰਾਜ ਕਹਿ ਸੁਣਿਆ ਸਿੱਧ ਪੀਰ ਸੁਰਨਾਦ, ਸਿੱਧ ਪੀਰ ਬਣ ਜਾਈਦਾ ਸੁਣਦਿਆਂ ਹੀ ਬਣੀਦਾ, ਉਹਨਾਂ ਬਾਰੇ ਨੌਲੇਜ ਹੁੰਦੀ ਹੈ ਸੁਣ ਕੇ ਹੁੰਦੀ ਹੈ, ਅਵਸਥਾ ਪ੍ਰਾਪਤ ਹੁੰਦੀ ਸੁਣ ਕੇ ਹੁੰਦੀ ਹੈ। ਸੁਣਨਾ ਵੀ ਇੱਕ ਤਪੱਸਿਆ ਹੈ ਅਤੇ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਸੋ ਰਾਮ ਸ਼ਬਦ ਜਿੱਥੇ ਗੁਰਬਾਣੀ 'ਚ ਆਉਂਦਾ ਨਾ, ਅਤੇ ਕਥਾਵਾਚਕ ਕਹਿ ਦਿੰਦੇ ਆ ਜੀ ਇਹ ਉਹ ਰਾਮ ਨਹੀਂ ਜਿਹੜਾ ਦਸ਼ਰਥ ਦਾ ਬੇਟਾ ਸੀ, ਕਹਿੰਦੇ ਇਹ ਉਹ ਰਾਮ ਹੈ ਜਿਹੜਾ ਸਾਰਿਆਂ 'ਚ ਰਮਿਆ ਹੋਇਆ। ਉਹ ਇੱਥੇ ਬੜੀ ਉਲਝਣ ਪੈ ਜਾਂਦੀ ਹੈ। ਠੀਕ ਹੈ ਕਿ ਅਸਲ ਗੁਰਬਾਣੀ ਜਿਹੜਾ ਰਾਮ ਲਿਖਿਆ ਉਹ ਸਾਰਿਆਂ 'ਚ ਵਿਆਪਕ ਰਾਮ ਹੈ, ਸਭ ਹੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਨਹੀਂ, ਰਾਮ ਸਾਰਿਆਂ 'ਚ ਰਮਿਆ ਹੋਇਆ। ਹੁਣ ਜਿਹੜਾ ਰਾਮ ਸਾਰਿਆਂ 'ਚ ਰਮਿਆ ਉਹ ਚੋਰਾਂ 'ਚ ਵੀ ਰਮਿਆ, ਡਾਕੂਆਂ 'ਚ ਵੀ ਰਮਿਆ, ਉਹ ਸਾਰਿਆਂ 'ਚ ਰਮਿਆ, ਇਹ ਤਾਂ ਨਹੀਂ ਕਹਿ ਸਕਦੇ ਵੀ ਇਹਦੇ 'ਚ ਨਹੀਂ ਰਮਿਆ, ਸਾਰਿਆਂ 'ਚ ਮੰਨੋਗੇ ਨਾ। ਜੇ ਸਾਰਿਆਂ 'ਚ ਰਮਿਆ ਤਾਂ ਦਰਸ਼ਨ ਦੇ ਬੇਟੇ 'ਚ ਕੋਈ ਨਹੀਂ ਸੀ ਰਮਿਆ, ਉਹਦੇ ਵਿੱਚ ਵੀ ਤਾਂ ਰਮਿਆ ਸੀ, ਆਖੋ ਸ੍ਰੀ ਵਾਹਿਗੁਰੂ, ਉਹ ਬਾਹਰ ਕਿਵੇਂ ਰਹਿ ਗਿਆ, ਉਹ ਕਿਵੇਂ ਵੱਖਰਾ ਕਰ ਦਿਓਗੇ। ਪਰ ਦਿੱਕਤ ਕਿੱਥੇ ਆਈ, ਦਿੱਕਤ ਇੱਥੇ ਆਈ ਵੀ ਇੱਕ ਬੰਦੇ ਨੇ ਉਸੇ ਰਾਮ ਨੂੰ ਰੱਬ ਮੰਨ ਕੇ ਦੂਜਿਆਂ ਦੀ ਨਿੰਦਾ ਸ਼ੁਰੂ ਕਰ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਰਾਮ ਚੰਦਰ ਜੀ ਦੀ ਬਦਨਾਮੀ ਨਹੀਂ ਕੀਤੀ ਕਿਤੇ ਵੀ ਨਹੀਂ, ਨਾ ਕ੍ਰਿਸ਼ਨ ਜੀ ਦੀ ਕੀਤੀ ਹੈ, ਬਦਨਾਮੀ ਨਹੀਂ ਕੀਤੀ। ਆਹ ਪੰਗਤੀ ਪੜ੍ਹ ਦਿੰਦੇ ਨੇ, ਕਹਿੰਦੇ ਪਾਂਡੇ ਤੁਮਰਾ ਰਾਮ ਚੰਦ ਸੋ ਭੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਰੀ ਘਰ ਕੀ ਜੋਏ ਗਵਾਈ ਸੀ। ਉਹ ਕਹਿੰਦੇ ਵੀ ਸ਼ਾਇਦ ਰਾਮ ਚੰਦਰ ਦੀ ਬੜੀ ਨਿੰਦਾ ਕੀਤੀ ਹੈ, ਪਰ ਜਿਹੜੇ ਭਗਤ ਦੀ ਬਾਣੀ ਹੈ ਨਾ, ਭਗਤ ਨਾਮਦੇਵ ਜੀ, ਉਹੀ ਭਗਤ ਨਾਮਦੇਵ ਜੀ ਕਹਿੰਦੇ ਨੇ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ, ਪਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਉਹੀ ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਭਵੀਖਣ ਆਪਿਓ ਹੋ, ਮੇਰੇ ਸਵਾਮੀ ਰਾਮ ਨੇ ਸੀਤਾ ਵਾਪਸ ਲਿਆਂਦੀ, ਲੰਕਾ ਦਾ ਰਾਜ ਵਿਭੀਸ਼ਣ ਨੂੰ ਦਿੱਤਾ। ਦੋ ਗੱਲਾਂ ਆਪਸ ਕਿਵੇਂ ਟਕਰਾ ਰਹੀਆਂ ਨੇ, ਦਰਅਸਲ ਗੱਲ ਇਹ ਹੈ ਕੁਝ ਪਾਂਡੇ ਲੋਕ, ਪਾਂਡੇ ਕਿਹਾ ਉੱਥੇ, ਪਾਂਡੇ ਤੁਮਰਾ ਜਿਹੜਾ ਜਿਹਨੂੰ ਤੂੰ ਮੰਨੀ ਬੈਠਾ, ਜੇ ਤੂੰ ਆਪਣੇ ਨੂੰ ਮੰਨ ਕੇ ਵੀ ਮੇਰਾ ਰਾਮ ਚੰਦ ਤਾਂ ਠੀਕ ਹੈ ਅਤੇ ਦੂਜੇ ਪਰੇ ਉਹ
ਗੁਰੂ ਨਾਨਕ ਦੀ ਨਿੰਦਾ ਕਰਦਾ ਹੈ ਜਾਂ ਕ੍ਰਿਸ਼ਨ ਜੀ ਦੀ ਨਿੰਦਾ ਕਰਦਾ ਹੈ ਜਾਂ ਕਿਸੇ ਹੋਰ ਮਹਾਂਪੁਰਸ਼ ਦੀ ਨਿੰਦਾ ਕਰਦਾ, ਸਿਰਫ ਰਾਮ ਚੰਦ ਨੂੰ ਅੱਗੇ ਧਰ ਲੈਂਦਾ, ਤਾਂ ਮਹਾਰਾਜ ਕਹਿੰਦੇ ਵੀ ਉਹਨੂੰ ਜਾਣਦੇ ਹਾਂ। ਜੇ ਤੂੰ ਕਵੇਂ ਨਾ ਵੀ ਉਹ ਹੀ ਰੱਬ ਹੈ ਤੇ ਉਹ ਤਾਂ ਜਨਾਨੀ ਗਵਾ ਬੈਠਾ ਸੀ, ਲੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਂਡੇ ਤੁਮਰਾ ਰਾਮ ਚੰਦ, ਉਹ ਇੱਕ ਬੰਦੇ ਨੂੰ ਜਿਹੜਾ ਅੜਿਆ ਬੈਠਾ ਜਿੱਦ ਕਰ ਰਿਹਾ ਮੇਰਾ ਰਾਮ ਚੰਦ ਠੀਕ ਹੈ, ਉਹਨੂੰ ਕਿਹਾ ਗਿਆ। ਜਿੱਥੇ ਕਿਹਾ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ, ਉੱਥੇ ਉਸ ਪਰਮਾਤਮਾ ਪਰਿਪੂਰਨ ਦੀ ਜੋਤ ਜਿਹੜੀ ਰਾਮ ਚੰਦਰ 'ਚ ਵਰਤ ਕੇ ਕਲਾ ਵਰਤਾਈ ਹੈ ਉਹਦੀ ਉਪਮਾ ਕੀਤੀ। ਆਖੋ ਸ੍ਰੀ ਵਾਹਿਗੁਰੂ। ਰਾਮ ਰਮਿਆ ਹੋਇਆ, ਇਹ ਬਹੁਤ ਬਰੀਕ ਵਿਸ਼ਾ ਹੋ ਸਕਦਾ ਤੁਸੀਂ ਸਾਰੇ ਸੁਣ ਰਹੇ ਹੋ, ਸਾਰਿਆਂ ਨੂੰ ਸ਼ਾਇਦ ਅੱਜ ਪੂਰੀ ਤਰ੍ਹਾਂ ਸਮਝ ਵੀ ਨਾ ਆਵੇ, ਪਰ ਮਹਾਰਾਜ ਕਿਰਪਾ ਕਰਨ 'ਤੇ ਆ ਜਾਵੇ। ਆਖੋ ਸ੍ਰੀ ਵਾਹਿਗੁਰੂ। ਤੁਲਸੀਦਾਸ ਜੀ ਰਾਮ ਚੰਦਰ ਦੇ ਉਪਾਸ਼ਕ ਸਨ ਪੱਕੇ, ਉਹਨਾਂ ਨੇ ਰਮਾਇਣ ਲਿਖੀ ਔਰ ਸ੍ਰੀ ਰਾਮ ਚਰਿਤ੍ਰ ਮਾਨਸ ਦੁਨੀਆ ਦਾ ਬਹੁਤ ਵੱਡਾ ਮਹਾਂਕਾਵਿ ਮੰਨਿਆ ਗਿਆ ਉਸਨੂੰ। ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਉਪਮਾ ਵਿੱਚ ਬਹੁਤ ਕਮਾਲ ਦੀ ਛੰਦਬੰਦੀ ਕੀਤੀ ਹੈ, ਤੁਲਸੀ ਨੇ ਰਾਮ ਭਗਤੀ ਕੀਤੀ ਹੈ। ਔਰ ਹਿੰਦੂ ਧਰਮ ਦੇ ਸਨਾਤਨ ਧਰਮ ਦੇ ਵਿਦਵਾਨ ਅਤੇ ਤੁਲਸੀਦਾਸ ਸਮੇਤ ਇਹ ਮੰਨਦੇ ਨੇ ਕਿ ਰਾਮ ਕ੍ਰਿਸ਼ਨ ਜਿੰਨੇ ਵੀ ਅਵਤਾਰ ਨੇ ਉਹ ਸ੍ਰੀ ਵਿਸ਼ਨੂੰ ਭਗਵਾਨ ਦੇ ਨੇ। ਵਿਸ਼ਨੂੰ ਨੇ ਹੀ ਰਾਮ ਰੂਪ ਧਾਰਿਆ, ਵਿਸ਼ਨੂੰ ਨੇ ਹੀ ਕ੍ਰਿਸ਼ਨ ਰੂਪ ਧਾਰਿਆ, ਸਾਰੇ ਰੂਪ ਧਾਰਨ ਕੀਤੇ ਨੇ, ਇਹ ਵੀ ਮੰਨਦੇ ਨੇ। ਪਰ ਤੁਲਸੀਦਾਸ ਨੇ ਆਪਣੇ ਰਾਮ ਨੂੰ ਛੱਡ ਕੇ ਹੋਰ ਸਾਰਿਆਂ ਦੀ ਕੋਈ ਸੇਵਾ ਜਾਂ ਪੂਜਾ ਅਰਚਨਾ ਨਹੀਂ ਕੀਤੀ, ਉਹਨਾਂ ਦਾ ਨਾਮ ਨਹੀਂ ਲਿਆ। ਤੁਲਸੀਦਾਸ ਜੀ ਗਏ ਦੁਆਰਕਾ, ਉੱਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਮੰਦਿਰ ਹੈ ਦੁਆਰਕਾਧੀਸ਼ ਦਾ, ਉਹਦੇ ਜਦੋਂ ਗਏ ਅਤੇ ਭਗਵਾਨ ਕ੍ਰਿਸ਼ਨ ਜੀ ਦਾ ਹੁਣ ਮੁਰਲੀ ਫੜ ਕੇ ਅਤੇ ਸਿਰ 'ਤੇ ਮੋਰ ਪੰਖੜ ਧਾਰਨ ਕਰਕੇ ਕੋਲ ਰਾਧਾ ਰੁਕਮਣੀ ਦੀ ਫੋਟੋ ਨਾਲ ਖੜ੍ਹੇ ਹੁੰਦੇ ਆ, ਅਤੇ ਤੁਲਸੀਦਾਸ ਨੇ ਉਹਨੂੰ ਵੇਖ ਕੇ ਮੱਥਾ ਨਹੀਂ ਟੇਕਿਆ, ਇੱਕ ਦੋਹਰਾ ਲਿਖ ਦਿੱਤਾ। ਜਗਤ ਪ੍ਰਸਿੱਧ ਦੋਹਰਾ ਹੈ, ਸੀਸ ਮੁਕਟ ਕਟਕਾਸ਼ਨੀ ਕੈਸੇ ਬਣੇ ਹੋ ਨਾਥ। ਸਿਰ ਦੇ ਉੱਤੇ ਮੋਰਾਂ ਦੇ ਖੰਭ ਲਾਏ ਨੇ, ਹੱਥ ਵਿੱਚ ਬੰਸਰੀ, ਲੱਕ ਨੂੰ ਧੋਤੀ ਬੰਨੀ ਹੋਈ ਹੈ, ਮੇਰੇ ਰਾਮ ਤਾਂ ਇੱਦਾਂ ਦੇ ਹੁੰਦੇ ਨਹੀਂ। ਕੈਸੇ ਬਣੇ ਹੋ ਨਾਥ, ਤੁਲਸੀ ਮਾਥਾ ਤੌਨਵੇਂ ਧਨੁਸ਼ਬਾਣ ਹੋਏ ਹਾਥ, ਮੈਂ ਤਾਂ ਤਾਂ ਮੱਥਾ ਟੇਕਾਂਗਾ ਜੇ ਮੋਢੇ 'ਤੇ ਧਨੁਸ਼ਬਾਣ ਹੋਵੇਗਾ, ਇੱਕ ਪਾਸੇ ਲਛਮਣ ਇੱਕ ਪਾਸੇ ਸੀਤਾ ਹੋਏਗੀ ਤਾਂ ਮੱਥਾ ਟੇਕਾਂਗਾ। ਵਿਤਕਰਾ ਆ ਗਿਆ ਨਾ ਵੀ ਉਹ ਰਾਮ ਹੋਵੇ ਤਾਂ ਮੱਥਾ ਟੇਕਾਂਗਾ, ਜੇ ਉਹੀ ਭਗਵਾਨ ਕ੍ਰਿਸ਼ਨ ਦੇ ਰੂਪ 'ਚ ਜੋਤ ਹੈਗੀ ਤਾਂ ਨਹੀਂ ਟੇਕਾਂਗਾ। ਫਰਕ ਪੈ ਗਿਆ, ਵਿਤਕਰਾ ਆਪਣੇ ਨੂੰ ਮੰਨਣਾ, ਦੂਜੇ ਦੀ ਨਿੰਦਾ ਕਰਨੀ ਹੈ। ਜਦੋਂ ਇਹ ਗੱਲ ਆ ਜਾਂਦੀ ਹੈ ਤਾਂ ਫਿਰ ਮਹਾਰਾਜ ਕਹਿੰਦੇ ਪਾਂਡੇ ਤੁਮਰਾ ਰਾਮ ਚੰਦ, ਜੇ ਤੂੰ ਇਕੱਲੇ ਰਾਮ ਦੀ ਗੱਲ ਕਰਦਾ ਤਾਂ ਫਿਰ ਸੁਣ ਲਾ, ਤੁਮਰਾ ਰਾਮ ਚੰਦ ਸੋ ਵੀ ਆਵਤ ਦੇਖਿਆ ਥਾ, ਜਾਣਦੇ ਹਾਂ ਅਸੀਂ ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਸੀ, ਰਾਵਣ ਨਾਲ ਲੜ ਕੇ ਜਨਾਨੀ ਗਵਾ ਲਈ ਸੀ। ਪਰ ਜਿੱਥੇ ਸ਼ਰਧਾ ਅਤੇ ਪ੍ਰੇਮ ਅਤੇ ਭਗਤੀ ਦੀ ਗੱਲ ਆਈ ਉੱਥੇ ਨਾਮਦੇਵ ਜੀ ਹੀ ਕਹਿੰਦੇ, ਦੋਵੇਂ ਸ਼ਬਦ ਨਾਮਦੇਵ ਦੇ ਹੈ, ਪਾਂਡੇ ਤੁਮਰਾ ਰਾਮ ਚੰਦ ਇਹ ਵੀ ਰਾਮ ਚੰਦਰ ਜੀ ਦਾ ਨਾਮਦੇਵ ਜੀ ਦਾ ਸ਼ਬਦ ਹੈ। ਅਤੇ ਜਿਹੜਾ ਆਉਂਦਾ ਕਿ ਨਾਮੇ ਕੇ ਸਵਾਮੀ ਬੇਡੀ ਕੇ ਗੁਣ ਸੁਨਰੀ ਬਾਈ, ਬੇਡੀ ਕੇ ਗੁਣ ਸੁਨਰੀ ਬਾਈ, ਜਲਦ ਬਾਂਧ, ਜਲਦ ਕਹਿੰਦੇ ਸਮੁੰਦਰ ਨੂੰ, ਸਮੁੰਦਰ 'ਤੇ ਪੁਲ ਬੰਨਿਆ, ਜਲਦ ਬਾਂਧ ਧਰੂ ਥਾਪਿਓ, ਧਰੂ ਨੂੰ ਅਟਲ ਪਦਵੀ ਦਿੱਤੀ,
ਨਾਮੇ ਕੇ ਸਵਾਮੀ ਸੀਬ ਹੋਰੀ, ਨਾਮੇ ਦਾ ਸਵਾਮੀ ਸੀਤਾ ਨੂੰ ਗਈਬ ਹੋੜ ਬੰਦੀ ਛੋੜ ਵਾਪਸ ਲੈ ਆਇਆ। ਨਾਮੇ ਕੇ ਸਵਾਮੀ ਸੀਬ ਹੋਰੀ ਲੰਕ ਭਵਿਖਣ ਆਪੇ, ਉਹ ਲੰਕਾ ਦਾ ਰਾਜ ਵਿਭੀਸ਼ਣ ਨੂੰ ਦਿੱਤਾ। ਇਹ ਭਾਵਨਾ ਭਗਤੀ ਨਾਲ ਉਹਨਾਂ ਦਾ ਜਸ ਕੀਤਾ, ਕਿਉਂ ਕਿ ਉਸ ਰਾਮ ਦੇ ਵਿੱਚ ਵੀ ਤਾਂ ਉਹ ਰਾਮ ਹੀ ਵਰਤ ਰਿਹਾ ਸੀ ਨਾ। ਆਖੋ ਸ੍ਰੀ ਵਾਹਿਗੁਰੂ। ਦਸਵੇਂ ਪਾਤਸ਼ਾਹ ਕਲੀਅਰ ਹੀ ਕਰ ਦਿੰਦੇ ਨੇ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿਸਰ ਕਾਇਆ। ਉਸ ਵਾਹਿਗੁਰੂ ਤੋਂ ਸ਼ਕਤੀ ਲੈ ਕੇ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਦਿੱਤਾ। ਰਾਮ ਦੇ ਵਿੱਚ ਕੋਈ ਵੱਖਰੀ ਸ਼ਕਤੀ ਤਾਂ ਨਹੀਂ, ਉਸੇ ਰਾਮ ਦੀ ਹੈ। ਦਿੱਕਤ ਉੱਥੇ ਆਉਂਦੀ ਹੈ ਜਿੱਥੇ ਕੋਈ ਕਹਿੰਦਾ ਬਸ ਸਾਡੇ ਵਾਲਾ ਰਾਮ ਠੀਕ ਹੈ ਅਤੇ ਬਾਕੀ ਸਾਰੇ ਨਕਲੀ ਨੇ। ਜਿੱਥੇ ਕੋਈ ਕੱਟੜਵਾਦ ਆ ਜਾਂਦਾ ਹੈ, ਹੱਦਬੰਦੀ ਹੋ ਜਾਂਦੀ ਹੈ, ਉੱਥੇ ਧਰਮ ਦਾ ਗਿਆਨ ਨਹੀਂ ਰਹਿੰਦਾ, ਉੱਥੇ ਬੰਦੇ ਦੀਆਂ ਅੱਖਾਂ ਦੇ ਉੱਤੇ ਅੰਧਕਾਰ ਛਾ ਜਾਂਦਾ ਹੈ। ਗੁਰੂ ਸਾਹਿਬ ਉਸ ਅੰਧਕਾਰ ਨੂੰ ਕੱਢੀ ਜਾਂਦੇ ਆ। ਆਖੋ ਸ੍ਰੀ ਵਾਹਿਗੁਰੂ। ਉਹਨੂੰ ਕੱਢੀ ਜਾਂਦੇ ਆ, ਉੱਪਰਲੀ ਗੱਲ ਦੱਸਦੇ ਆ, ਬਰੀਕ ਬਿਰਤੀ ਹੈ, ਇਹ ਸਾਰਿਆਂ ਦੇ ਇੱਕਦਮ ਨਹੀਂ ਸਮਝ ਆਉਂਦੀ ਗੱਲ। ਜਦੋਂ ਸੰਗਤ 'ਚ ਭਿੱਜਦੀ ਹੈ ਨਾ ਕੰਬਲੀ, ਤਿਉਂ ਤਿਉਂ ਭਾਰੀ ਹੁੰਦੀ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਹੂ ਨੇ ਰਾਮ ਕਹਿਓ ਕ੍ਰਿਸ਼ਨਾ ਕਹੋ, ਕਿਸੇ ਨੇ ਰਾਮ ਆਖਿਆ ਅਤੇ ਰਾਮ ਨੂੰ ਮੰਨਣ ਲੱਗ ਪਏ, ਕਿਸੇ ਨੇ ਕ੍ਰਿਸ਼ਨ ਦੀ ਭਗਤੀ ਕੀਤੀ, ਉਹ ਕ੍ਰਿਸ਼ਨ ਨੂੰ ਛੱਡ ਕੇ ਦੂਜਿਆਂ ਦਾ ਖੰਡਨ ਕਰਨ ਲੱਗ ਪਏ। ਜਿਹੜੇ ਕ੍ਰਿਸ਼ਨ ਦੇ ਉਪਾਸਕ ਨੇ ਉਹਨਾਂ ਅੱਗੇ ਰਾਮ ਦੀ ਗੱਲ ਕਰੋ, ਉਹਨਾਂ ਨੂੰ ਨਹੀਂ ਚੰਗੀ ਲੱਗਦੀ, ਉਹਨਾਂ ਨੂੰ ਨਹੀਂ ਸਮਝ ਆਉਂਦੀ। ਹਾਲਾਂਕਿ ਰਾਮ ਅਤੇ ਕ੍ਰਿਸ਼ਨ ਇੱਕੋ ਹੀ ਅਵਤਾਰ, ਵਿਸ਼ਨੂੰ ਦੇ ਅਵਤਾਰ ਹਨ। ਸਮੇਂ ਸਮੇਂ ਨਾਲ ਵੱਖਰੀ ਲੀਲਾ ਕੀਤੀ, ਸਾਡੇ 'ਚ ਵੀ ਕਈ ਹਨ, ਉਹ ਕਹਿੰਦੇ ਅਸੀਂ ਗੁਰੂ ਨਾਨਕ ਨੂੰ ਤਾਂ ਮੰਨਦੇ ਹਾਂ, ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦੇ। ਸਾਡੇ 'ਚ ਵੀ ਹੈਗੇ, ਗੁਰੂ ਨਾਨਕ ਸਾਹਿਬ ਦੀ ਗੱਲ ਤਾਂ ਸੁਣ ਲੈਂਦੇ, ਕੁਛ ਕਹਿ ਦਿੰਦੇ ਗੁਰਦੁਆਰਿਆਂ 'ਚ, ਗਿਆਨੀ ਜੀ ਗੁਰੂ ਨਾਨਕ ਸਾਹਿਬ ਦੀ ਕਥਾ ਕਰ ਲਿਆ ਜੇ, ਦਸਵੇਂ ਪਾਤਸ਼ਾਹ ਦੀ ਨਾ ਕਰਿਆ ਜੇ। ਕਿਉਂ? ਕਹਿੰਦੇ ਉਹਨਾਂ ਦੀ ਤਾਂ ਹਰ ਵੇਲੇ ਕਾਟ ਵੱਢਦੀ ਹੁੰਦੀ ਹੈ ਮਾਰੇ ਬਕਾਰੇ ਦੀ, ਉਹ ਕਥਾ ਜਿਹੜੀ ਹੈ ਉਹ ਨਹੀਂ ਚੰਗੀ ਲੱਗਦੀ, ਬਿਰਤੀ ਨਹੀਂ ਨਾ ਉਹਨਾਂ ਦੀ। ਪਰ ਜੇ ਉਹ ਬ੍ਰਹਮ ਦ੍ਰਿਸ਼ਟੀ ਨਾਲ ਦੇਖਣ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ, ਮੇਰਾ ਪ੍ਰਭੂ ਸਾਰੇ ਰੰਗਾਂ 'ਚ ਵਰਤ ਰਿਹਾ ਹੈ, ਉਹ ਸ਼ਾਂਤਮਈ ਹੋ ਕੇ ਗੁਰੂ ਨਾਨਕ ਸਾਹਿਬ ਦੇ ਰੂਪ 'ਚ ਉਪਦੇਸ਼ ਦੇ ਰਿਹਾ, ਵੀਰ ਰਸ ਝੋਕੇ ਉਸੇ ਉਪਦੇਸ਼ ਦੀ ਰੱਖਿਆ ਲਈ ਆਪਣਾ ਪਰਿਵਾਰ ਵਾਰ ਰਿਹਾ। ਉਹ ਭਲੇ ਮਾਣਸੋ, ਜੇ ਦਸਵੇਂ ਪਾਤਸ਼ਾਹ ਕਲਗੀ ਧਾਰੇ ਖੰਡਾ ਨਾ ਚੁੱਕਦੇ, ਨਾ ਆਪਣਾ ਪਰਿਵਾਰ ਵਾਰਦੇ, ਤਾਂ ਗੁਰੂ ਨਾਨਕ ਦੇ ਸਿਧਾਂਤ ਨੂੰ ਤੁਹਾਡੇ ਤੱਕ ਕੌਣ ਪਹੁੰਚਾਉਂਦਾ? ਖਤਮ ਕਰ ਦੇਣਾ ਸੀ ਮੁਗਲਾਂ ਨੇ, ਨਾਮੋ ਨਿਸ਼ਾਨ ਮਿਟਾ ਦੇਣਾ ਸੀ। ਇਹ ਗੱਲ ਸਮਝਣ ਵਾਲੀ ਗਿਆਨੀਆਂ ਨੂੰ, ਸਮਝਦਾਰਾਂ ਨੂੰ ਆਉਂਦੀ ਹੈ, ਸ਼ੰਕਾਵਾਦੀਆਂ ਨੂੰ ਨਹੀਂ। ਪਰ ਹੱਦਾਂ ਬੰਨਣ ਵਾਲੇ ਅਜੇ ਵੀ ਬਾਜ ਨਹੀਂ ਆਉਂਦੇ, ਹਿੰਦੂ ਧਰਮ ਵਿੱਚ ਵੀ, ਮੁਸਲਮਾਨਾਂ ਵਿੱਚ ਵੀ, ਈਸਾਈਆਂ ਵਿੱਚ ਵੀ। ਖਾਲਸਾ ਜੀ, ਅੱਜ ਤਾਂ ਸਾਡੇ ਸਿੱਖਾਂ ਦਾ ਵੀ ਇਹੀ ਹਾਲ ਜੇ, ਅੰਮ੍ਰਿਤਧਾਰੀਆਂ ਦਾ। ਇਹਨਾਂ ਨੇ ਵੀ ਨਾ ਆਪਣੇ ਆਪਣੇ ਬਾਬੇ ਪੈਟ ਰੱਖੇ ਹੋਏ ਆ। ਜਿਹੜੀ ਜਥੇਬੰਦੀ ਨੂੰ ਪੁੱਛ ਲਓ, ਕਹਿੰਦੇ ਸਾਡੇ ਵਾਲੇ ਮਹਾਂਪੁਰਸ਼ ਇਹ ਕਹਿੰਦੇ ਸੀ। ਦੂਜੇ ਨੂੰ ਪੁੱਛ ਲਓ, ਕਹਿੰਦਾ ਸਾਡੇ ਮਹਾਂਪੁਰਸ਼ਾਂ ਦਾ ਆਹ ਸਿਧਾਂਤ ਹੈ। ਤੀਜੇ ਨੂੰ, ਉਹ ਦੂਜੇ ਮਹਾਂਪੁਰਸ਼ ਦਾ ਕਿਸੇ ਦੂਜੀ ਸੰਪਰਦਾਇ ਦੇ ਮਹਾਂਪੁਰਸ਼ ਦਾ ਨਾਂ ਲੈ ਦਿਓ, ਅਤੇ ਉਹਨਾਂ ਨੂੰ ਬੜੀ ਇੱਕਦਮ ਪਸੀਨਾ ਜਿਹਾ ਆ ਜਾਂਦਾ ਵੀ ਇਹ ਉਸ ਮਹਾਂਪੁਰਸ਼ ਦੀ ਸਿਫਤ ਕਿਉਂ ਕਰਤੀ, ਸਾਡੇ ਵਾਲੇ ਦੀ ਕਰਦਾ। ਪਰ ਖਾਲਸਾ ਜੀ, ਜਿੰਨੇ ਵੀ ਮਹਾਂਪੁਰਸ਼ ਪੰਥ ਖਾਲਸੇ 'ਚ ਹੋਏ ਨੇ ਨਾ, ਉਹ ਗੁਰੂ ਦੇ ਪਿਆਰੇ ਹੋਏ ਨੇ, ਉਹਨਾਂ ਦਾ ਸਤਿਕਾਰ ਸਾਨੂੰ ਬਰਾਬਰ ਕਰਨਾ ਚਾਹੀਦਾ। ਉਹਨਾਂ ਦੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਆ, ਪ੍ਰਚਾਰ ਦੇ ਢੰਗ, ਕਿਉਂਕਿ ਸਾਰੇ ਕੰਮ ਇੱਕ ਬੰਦਾ ਨਹੀਂ ਕਰ ਸਕਦਾ। ਕਿਸੇ ਨੇ ਕੀਰਤਨ ਦੀ ਸੇਵਾ ਲੈ ਲਈ, ਕਿਸੇ ਨੇ ਕਥਾ ਦੀ ਲੈ ਲਈ, ਕਿਸੇ ਨੇ ਸਿਮਰਨ ਦੀ ਲੈ ਲਈ, ਪਰ ਜੋੜਿਆ ਗੁਰੂ ਨਾਲ ਹੀ। ਪਰ ਅਸੀਂ ਕਹਿੰਦੇ ਨਾ, ਜਿਹੜੇ ਸਾਡੇ ਵਾਲੇ ਆ ਇਹ ਠੀਕ ਹੈ, ਬਾਕੀ ਸਾਰੇ ਨੈਗੇਟਿਵ ਨੇ। ਕਾਹੂ ਨੇ ਰਾਮ ਕਹਿਓ ਕ੍ਰਿਸ਼ਨਾ ਕਹੋ, ਕਿਸੇ ਨੇ ਰਾਮ ਆਖਿਆ,
ਕਿਸੇ ਨੇ ਕ੍ਰਿਸ਼ਨ ਆਖਿਆ, ਕਾਹੂ ਮਨ ਅਵਤਾਰਨ ਮਾਨਿਓ, ਤੇ ਕੋਈ ਅਵਤਾਰਾਂ ਨੂੰ ਮੰਨਦਾ ਹੈ। ਅਵਤਾਰ 24 ਨੇ, ਕਈ ਮੂੜ ਸੂਰਜ ਸੇਵੰਤ, ਕਈ ਸੂਰਜ ਦੀ ਸੇਵਾ, ਸੂਰਜ ਵੀ ਅਵਤਾਰ ਹੈ। 12-12 ਸਾਲ ਸੂਰਜ ਵੱਲ ਦੇਖਦੇ ਰਹਿਣਾ, ਤੁਸੀਂ ਕਹੋਗੇ 2 ਮਿੰਟ ਨਹੀਂ ਦੇਖਿਆ ਜਾਂਦਾ, ਅੰਨੇ ਹੋ ਜਾਂਦੇ, ਸੂਰਜ ਨੂੰ ਦੇਖਦੇ ਰਹਿੰਦੇ, ਸੂਰਜ ਦੀ ਉਪਾਸ਼ਨਾ ਕਰਦੇ, ਸਾਧਨਾ ਕਰਦੇ। ਚੰਦਰਮਾ ਦੀ ਸੇਵਾ ਕਰਨ ਵਾਲੇ ਚੰਦਰਮਾ ਨੂੰ ਦੇਖਦੇ, ਉਹਨੂੰ ਅਵਤਾਰ ਮੰਨਦੇ ਆ। ਅਤੇ ਵੱਖੋ ਵੱਖ ਦੇਵਤਿਆਂ ਨੂੰ, ਅਵਤਾਰਾਂ ਨੂੰ, 24 ਅਵਤਾਰਾਂ ਨੂੰ ਮੰਨਣ ਵਾਲੇ, ਦੂਸਰੇ ਜਿਹਨੂੰ ਉਹ ਮੰਨਦੇ ਉਹ ਠੀਕ ਹੈ, ਬਾਕੀ ਦੂਸਰਿਆਂ ਨੂੰ ਸਾਰਿਆਂ ਨੂੰ ਕੰਡਮ ਕਰੀ ਜਾਂਦੇ ਆ, ਨਿੰਦਾ ਹੀ ਜਾਂਦੇ ਆ, ਬਦਨਾਮੀ ਕਰੀ ਜਾਂਦੇ ਉਹਨਾਂ ਦੀ। ਜੇ ਤੇਰੇ 'ਚ ਸ਼ਰਧਾ ਹੈ ਤੇ ਉਹਦੇ ਵਿੱਚ ਵੀ ਸ਼ਰਧਾ ਹੈ। ਗੱਲ ਤਾਂ ਉਹ ਮਿੱਤਰਾ ਸ਼ਰਧਾ ਦੀ ਹੈ, ਜਿਹੜਾ ਅੰਦਰ ਦੀ ਭਾਵਨਾ ਨਾਲ ਉਹ ਰੱਬ ਨੂੰ ਯਾਦ ਕਰ ਰਿਹਾ, ਤੂੰ ਉਹਦੀ ਭਾਵਨਾ 'ਤੇ ਨਾ ਤੋੜ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਆ, ਉਹ ਕਹਿੰਦੇ ਜਦੋਂ ਮੁਸਲਮਾਨਾਂ ਨੇ ਬੁੱਤ ਤੋੜੇ ਨਾ, ਭਾਈ ਵੀਰ ਸਿੰਘ ਜੀ ਆਪਣੇ ਖਿਆਲ ਪ੍ਰਗਟ ਕੀਤੇ, ਉਹ ਕਹਿੰਦੇ ਤੂੰ ਬੁੱਤ ਤੋੜ, ਬੁੱਤ ਨਹੀਂ ਤੋੜ ਰਿਹਾ, ਤੂੰ ਦਿਲ ਤੋੜ ਰਿਹਾ ਹੈ। ਅਸਲ 'ਚ ਬੁੱਤ ਤਾਂ ਪੱਥਰ ਦਾ, ਉਹ ਤੋੜ ਦਿੱਤਾ ਤੂੰ, ਪਰ ਜਿਸ ਦਿਲ ਨੇ ਉਹ ਪੱਥਰ ਬਣਾਇਆ ਸੀ, ਘੜਿਆ ਸੀ, ਜਿਹਦੀ ਉਹਦੇ 'ਤੇ ਆਸਥਾ ਸੀ, ਜਿਹਦਾ ਜਿਹੜਾ ਉਹਨੂੰ ਮੰਨਦਾ ਸੀ, ਉਹਦੇ ਦਿਲ 'ਤੇ ਕੀ ਬੀਤੀ ਹੈ, ਇਹ ਨਹੀਂ ਸੋਚਿਆ। ਇੱਥੇ ਲੋਕ ਜਿਹੜੇ ਨੇ ਦਿਲ ਤੋੜਨ ਵਾਲੇ ਨੇ, ਦੂਸਰੇ ਦੇ ਧਰਮ ਦੀ, ਦੂਸਰੇ ਦੇ ਮਜ਼ਹਬ ਦੀ, ਦੂਸਰੇ ਦੇ ਅਕੀਦੇ ਦੀ, ਦੂਜੇ ਦੇ ਖਿਆਲ ਦੀ ਨਿੰਦਾ ਕਰਨ ਨੂੰ ਬਾਜ਼ ਆਉਂਦੇ ਹੀ ਨਹੀਂ। ਆਪਣੀਆਂ 5-7 ਸੰਪਰਦਾਵਾਂ ਨੇ, 2 ਬੰਦੇ ਕਿਸੇ ਸੰਪਰਦਾਇ ਦੇ ਇਕੱਠੇ ਹੋਣ, ਇੱਕ ਦੂਜੇ ਦੀ ਪੱਗ ਲਾਏ ਬਿਨਾਂ ਉੱਠਦੇ ਕੋਈ ਨਹੀਂ। ਰੱਬ ਹੀ ਹੈ ਜੇ ਉਹਨਾਂ ਦੀ ਸ਼ਾਂਤੀ ਕਰਾ ਦੇਵੇ ਤੇ ਮਿੰਟ ਇਹੋ ਗੱਲ ਵੀ ਜਾਣ ਕੇ ਉਹ ਛੇੜਨੀ ਹੈ ਜਿਹੜੀ ਉਹ ਸੰਪਰਦਾ ਨਾਲ ਟਕਰਾਉਂਦੀ ਹੋਵੇ, ਦੂਜੀ ਗੱਲ ਨਹੀਂ ਕਰਨੀ। ਗੱਲ ਉਹ ਛੇੜ ਦੇਣਗੇ ਵੀ ਉਹ 2 ਸੰਪਰਦਾਵਾਂ ਦੀ ਟੱਕਰ ਹੁੰਦੀ, ਉਹ ਛੇੜ ਦੇਣਗੇ, ਉਹ ਆਪੇ ਅਗਲਾ ਗੁੱਸੇ ਹੋਏਗਾ, ਆਪੇ ਉਹ ਆਪਣੇ ਖਿਆਲ ਦੇਵੇਗਾ, ਉਹ ਫਿਰ ਉਹਦੇ ਗਿੱਟੇ 'ਤੇ ਮਾਰਦਾ ਰੱਖ ਕੇ, ਅਤੇ ਬਸ ਉਹਨੇ ਜੀ ਗੱਲ। ਉਹ ਭਲੇ ਮਾਣਸੋ, ਗੁਰੂ ਕੇ ਸਿੱਖ ਹੋ, ਬੈਠੇ ਹੋ, ਗੁਰਬਾਣੀ ਦੀ ਗੱਲ ਕਰ ਲਓ, ਕੋਈ ਰੱਬ ਦੀ ਗੱਲ ਕਰ ਲਓ, ਕੋਈ ਬੰਦਗੀ ਦੀ ਗੱਲ ਕਰ ਲਓ, ਕੋਈ ਉਹ ਗੱਲ ਕਰ ਲਓ ਜਿਸ 'ਤੇ ਆਪਣੇ ਖਿਆਲ ਰਲਦੇ। ਹੁਣ ਜ਼ਰੂਰੀ ਹੈ ਵੀ ਉਹ ਗੱਲ ਛੇੜਨੀ ਜਿਸ 'ਤੇ ਖਿਆਲ ਨਹੀਂ ਰਲਦੇ, ਪਰ ਇਹ ਇਨਸਾਨ ਦੀ ਕਮਜ਼ੋਰੀ ਹੈ। 10ਵੇਂ ਪਾਤਸ਼ਾਹ ਕਹਿੰਦੇ ਨੇ ਕਿ ਕਾਹੂ ਮਨੈ ਅਵਤਾਰਨ ਮਾਨਿਓ, ਅਵਤਾਰਾਂ ਨੂੰ ਮੰਨੇ ਹੀ ਜਾਂਦੇ ਆ। ਪਰਮੇਸ਼ਰ ਜਿਹੜਾ ਕਰਤਾ ਪੁਰਖ ਹੈ, ਸ਼੍ਰੋਮਣੀ ਹੈ ਸਾਰਿਆਂ ਤੋਂ, ਉਹਨੂੰ ਭੁੱਲੇ ਹੋਏ ਨੇ। ਫੋਕਟ ਧਰਮ ਬੇਸਾਰ ਸਭ, ਸਤਿਗੁਰੂ ਕਹਿੰਦੇ ਅਸੀਂ ਸਾਰੇ ਫੋਕਟ ਧਰਮਾਂ ਨੂੰ, ਪਖੰਡਾਂ ਨੂੰ ਛੱਡ ਦਿੱਤਾ ਜੀ, ਤੁਹਾਨੂੰ ਨਹੀਂ ਇਹਨਾਂ ਗੱਲਾਂ ਨਾਲ ਕੋਈ ਮਤਲਬ ਕਿ ਕੋਈ ਰਾਮ ਨੂੰ ਮੰਨਦਾ, ਕਿ ਕ੍ਰਿਸ਼ਨ ਨੂੰ ਮੰਨਦਾ, ਕਿ ਕਿਸੇ ਨੂੰ ਨਹੀਂ ਮੰਨਦਾ। ਅਸੀਂ ਇਹ ਸਭ ਛੱਡ ਕੇ ਫੋਕਟ ਧਰਮਾਂ ਨੂੰ, ਇੱਕ ਤੱਤ ਨੂੰ ਪਕੜਿਆ ਹੈ, ਉਹ ਕੀ ਹੈ, ਕਰਤਾਰ ਹੀ ਕੋ ਕਰਤਾ ਜੀ ਜਾਣੇ, ਜਿਹੜਾ ਸਾਰਿਆਂ ਨੂੰ ਕਰਨ ਵਾਲਾ ਹੈ, ਕਰਤਾਰ, ਕਰਤਾ ਪੁਰਖ, ਅਸੀਂ ਉਹਨੂੰ ਆਪਣੇ ਹਿਰਦੇ 'ਚ ਜਾਣ ਲਿਆ ਹੈ। ਅਸੀਂ ਨਾ ਕਿਸੇ ਦੀ ਨਿੰਦਾ ਕਰਦੇ ਹਾਂ, ਨਾ ਕਿਸੇ ਦੀ ਉਸਤਤ ਕਰਦੇ ਹਾਂ, ਨਾ ਕਿਸੇ ਨੂੰ ਚੰਗਾ ਨਾ ਮਾੜਾ ਕਹਿੰਦੇ ਹਾਂ, ਸਾਰਿਆਂ ਨਾਲ ਪ੍ਰੇਮ ਕਰਦੇ ਹਾਂ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਕਲਗੀਧਰ ਪਿਤਾ ਜੀ ਮਹਾਰਾਜ ਦੇ ਕੋਲ, 10 ਜਾਮਿਆਂ ਦਾ ਇਤਿਹਾਸ ਕਦੀ ਸੂਰਜ ਪ੍ਰਕਾਸ਼ ਪੜ੍ਹੋ ਤਾਂ ਸਹੀ, 7 ਸਾਲ ਲੱਗਦੇ ਆ ਜੇ 1 ਘੰਟਾ ਰੋਜ਼ ਕਥਾ ਹੋਵੇ ਗੁਰਪ੍ਰਤਾਪ ਸੂਰਜ ਦੀ, ਬਿਨਾਂ ਸ਼ੰਕੇ ਦੇ ਕੋਈ ਸੁਣ ਲਵੇ, ਇਹ ਗਰੰਟੀ ਆ ਉਹਨੂੰ ਬ੍ਰਹਮ ਗਿਆਨ ਹੋ ਜਾਏਗਾ, ਅਤੇ ਉਹਦੇ ਮਨ ਦਾ ਕੋਈ ਸ਼ੰਕਾ ਰਹੇਗਾ ਹੀ ਨਹੀਂ, ਕੋਈ ਸ਼ੰਕਾ ਨਹੀਂ ਰਹੇਗਾ। ਜਿਹੜੇ ਆ ਨਿੱਕੇ ਨਿੱਕੇ ਸ਼ੰਕੇ ਆਪਾਂ ਚੁੱਕੀ ਫਿਰਦੇ, ਸਾਰੇ ਖਤਮ ਹੋ ਜਾਣਗੇ। ਪਰ 7 ਸਾਲ ਕੌਣ ਬਹਿ ਕੇ ਸੁਣੇ,
ਗੱਲਾਂ ਕਰਨੀਆਂ ਸੌਖੀਆਂ, ਬਹਿ ਕੇ ਸੁਣਨਾ ਔਖਾ ਜੇ। 7 ਸਾਲ ਲੱਗਦੇ ਘੰਟਾ ਰੋਜ਼ ਕਥਾ ਸੁਣੇ ਗੁਰ ਪ੍ਰਤਾਪ ਸੂਰਜ ਦੀ, ਕੋਈ ਸ਼ੰਕਾ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਸਭ ਤਰ੍ਹਾਂ ਦੇ ਲੋਕ ਆਏ, ਕਰਮਕਾਂਡੀ ਆਏ, ਉਪਾਸ਼ਨਾ ਵਾਲੇ ਆਏ, ਵਿਖਾਵੇ ਵਾਲੇ ਆਏ, ਪਖੰਡੀ ਆਏ, ਬ੍ਰਾਹਮਣ ਆਏ, ਖੱਤਰੀ ਆਏ, ਵੈਸ਼ ਆਏ, ਸ਼ੂਦਰ ਆਏ, ਸੰਨਿਆਸੀ, ਬੈਰਾਗੀ, ਯੋਗੀ, ਜੰਗਮ, ਮੁਸਲਮਾਨ, ਸੂਫੀ, ਸਭ ਧਰਾਂ ਦੇ, ਸਭ ਧਰਮਾਂ ਦੇ, ਸਭ ਸੰਪਰਦਾਵਾਂ ਦੇ। ਜਿਹੋ ਜਿਹਾ ਬੰਦਾ ਆਇਆ ਉਹ ਖੁਸ਼ ਹੋ ਕੇ ਗਿਆ, ਰੋਂਦਾ ਕੋਈ ਨਹੀਂ ਗਿਆ। ਭਾਵੇਂ ਉਹਦੀ ਝਾੜ ਵੀ ਕੀਤੀ ਤਾਂ ਵੀ ਇਹੋ ਜਿਹੇ ਸ਼ਬਦਾਂ 'ਚ ਕੀਤੀ ਵੀ ਉਹਨੂੰ ਸਮਝ ਆਈ ਵੀ ਮੈਂ ਗਲਤ ਹਾਂ। ਜੇ ਉਹਨੂੰ ਸਮਝਾਇਆ ਤਾਂ ਸਮਝਾਇਆ ਇਹੋ ਜਿਹੇ ਸ਼ਬਦਾਂ ਨਾਲ ਵੀ ਅਗਲੇ ਨੂੰ ਮਹਿਸੂਸ ਹੋਵੇ ਵੀ ਮੈਂ ਭੁਲੇਖੇ 'ਚ, ਮੇਰਾ ਭਰਮ ਹੈ। ਇਹ ਨਹੀਂ ਕਿਹਾ ਵੀ ਕੋਈ ਬੰਦਾ ਰੁੱਸ ਕੇ ਚਲਾ ਗਿਆ ਗੁਰੂ ਘਰ ਤੋਂ ਵੀ ਮੁੜ ਕੇ ਮੈਂ ਨਹੀਂ ਇੱਥੇ ਵੜਨਾ। ਅੱਜ ਇਹੀ ਕੰਮ ਹੁੰਦਾ ਗੁਰਦੁਆਰੇ 'ਚ, ਇਹੋ ਜਿਹਾ ਪ੍ਰਚਾਰ ਕਰ ਦਿੰਦਾ, ਸੁਣਨ ਵਾਲਾ ਕਹਿੰਦਾ ਇੱਥੇ ਕੀ ਲੈਣ ਆਉਣਾ, ਛੱਡੋ ਪਰੇ, ਤਾਂ ਗਾਲਾਂ ਹੀ ਕੱਢੀ ਜਾਂਦੇ ਆ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਦੀ ਬਾਣੀ, ਕਲਗੀ ਧਰ ਦੀ ਬਾਣੀ, ਉਹ ਜੋੜਦੀ ਹੈ, ਤੋੜਦੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਹਨਾਂ ਭਰਮਾਂ ਨੂੰ ਛੱਡ ਕੇ ਉੱਪਰ ਜਿਹੜਾ ਸਭ ਤੋਂ ਸ਼੍ਰੋਮਣੀ ਕਰਤਾ ਪੁਰਖ ਹੈ ਗੁਰੂ ਕਾ ਖਾਲਸਾ, ਉਹਨਾਂ ਸਾਰੇ ਭਰਮਾਂ ਤੋਂ ਉੱਪਰ ਕਰਕੇ ਆਖਿਆ ਹੈ ਜਾਗਤ ਜੋਤ ਨੂੰ ਜਪਣ ਵਾਲਾ ਖਾਲਸਾ ਹੈ, ਇਹ ਪਰਮੇਸ਼ਰ ਦਾ ਖਾਲਸਾ ਹੈ। ਸਤਿਕਾਰ ਸਭ ਦਾ ਕਰਦਾ, ਨਿਰਾਦਰੀ ਕਿਸੇ ਦੀ ਨਹੀਂ। ਡਾਕਟਰ ਭਾਈ ਸਾਹਿਬ, ਵਾਹਿਗੁਰੂ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਬਚਨ ਨੇ ਸਿੱਖਾਂ ਦੀ ਭਗਤ ਮਾਲਾ ਵਿੱਚ, ਉਹ ਕਹਿੰਦੇ ਆਪਣਾ ਧਰਮ ਪਹਾੜ ਤੁਲ ਸਮਝੇ, ਖਾਲਸੇ ਪੰਥ ਨੂੰ ਐਡਾ ਮਹਾਨ ਸਮਝੇ, ਦੂਸਰੇ ਦਾ ਧਰਮ ਭਾਵੇਂ ਰਾਈ ਤੁਲ ਹੋਵੇ ਉਹਦੀ ਨਿੰਦਾ ਨਾ ਕਰੇ। ਆਪਣਾ ਧਰਮ ਪਹਾੜ ਤੁਲ, ਸਾਡੇ ਵਰਗਾ ਕੋਈ ਨਹੀਂ, ਇਹ ਤਾਂ ਵਿਸ਼ਵਾਸ ਹੋਣਾ ਹੀ ਚਾਹੀਦਾ, ਇਹ ਭਰੋਸਾ ਹੋਣਾ ਚਾਹੀਦਾ ਵੀ ਸਾਡੇ ਗੁਰੂ ਦਾ ਸਿਧਾਂਤ ਸ਼੍ਰੋਮਣੀ ਹੈ, ਗੁਰੂ ਨਾਨਕ ਸਾਹਿਬ ਦਾ ਮਤ ਵੱਡਾ ਹੈ। ਪਰ ਜੇ ਦੂਜੇ ਦਾ ਛੋਟਾ ਹੈ ਤਾਂ ਆਪਾਂ ਉਹਨੂੰ ਕਹਿ ਕੇ ਕਿਉਂ ਵਿਚਾਰੇ ਨੂੰ ਦੁਖੀ ਕਰਨਾ, ਕੀ ਮਿਲ ਚੱਲਿਆ। ਹੇ ਆਓ ਨਾ ਕਹਿ ਠਾਹੇ ਮਾਣਕ ਸਭ ਅਮੋਲਵੇ। ਸਤਿਗੁਰੂ ਕਹਿੰਦੇ ਨੇ ਇਹ ਲੋਕ ਭਰਮਾਂ 'ਚ ਪਏ ਹੋਏ ਨੇ, ਅਸੀਂ ਇਹਨਾਂ ਭਰਮਾਂ ਨੂੰ ਛੱਡ ਕੇ ਕਰਤਾਰ ਹੀ ਕਹੋ ਕਰਤਾ ਜੀ ਜਾਣਿਓ, ਕਰਤੇ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਜਾਣ ਲਿਆ ਕਿ ਉਹੀ ਕਰਤਾਰ ਸਾਰਿਆਂ ਨੂੰ ਕਰਨ ਵਾਲਾ ਹੈ। ਜੋ ਕਹੋ ਰਾਮ ਅਜੂਨ ਅਜੈਅਤ। ਹੁਣ ਰਾਮ ਦੇ ਉਪਾਸ਼ਕ ਕਹਿੰਦੇ ਆ ਵੀ ਰਾਮ ਜਿਹੜਾ ਅਜੂਨੀ ਹੈ, ਅਜੂਨਾ 'ਚ ਨਹੀਂ ਆਉਂਦਾ, ਔਰ ਰਾਮ ਜੰਮਦਾ ਨਹੀਂ, ਅਜੈ ਹੈ ਭਾਵ ਉਹਦਾ ਜਨਮ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜੇ ਤੁਸੀਂ ਇੱਦਾਂ ਕਹਿੰਦੇ ਹੋ ਵੀ ਰਾਮ ਅਜੂਨੀ ਹੈ ਔਰ ਰਾਮ ਜੰਮਦਾ ਨਹੀਂ ਹੈ, ਕਾਹੇ ਕੋ ਕੌਸਲ ਕੁਖ ਜਯੋ ਜੂ, ਫਿਰ ਉਹ ਕੁਸ਼ਲਿਆ ਦੇ ਪੇਟ ਤੋਂ ਕਿਵੇਂ ਜਨਮ ਲਿਆ ਉਸਨੇ। ਸ਼੍ਰੀ ਰਾਮ ਚੰਦਰ ਜੀ ਦੀ ਮਾਂ ਦਾ ਨਾਮ ਕੁਸ਼ਲਿਆ ਸੀ, ਮਹਾਰਾਜ ਦਸ਼ਰਥ ਦੀ ਵੱਡੀ ਰਾਣੀ ਕੁਸ਼ਲਿਆ ਦੇ ਕੁੱਖ ਤੋਂ ਸ਼੍ਰੀ ਰਾਮ ਚੰਦਰ ਨੇ ਜਨਮ ਲਿਆ। ਜੇ ਤੁਸੀਂ ਉਹਨੂੰ ਪੂਰਨ ਭਗਵਾਨ ਮੰਨ ਕੇ ਦੂਜਿਆਂ ਦੀ ਨਿੰਦਾ ਕਰਦੇ ਹੋ, ਦੂਜਿਆਂ ਦੇ ਧਰਮ ਨੂੰ ਮਾੜਾ ਕਹਿੰਦੇ ਹੋ, ਦੂਜਿਆਂ ਦੇ ਅਵਤਾਰਾਂ ਦੀ ਨਿੰਦਾ ਕਰਦੇ ਹੋ, ਅਤੇ ਨਾਲੇ ਇਹ ਵੀ ਕਹਿੰਦੇ ਹੋ ਵੀ ਰਾਮ ਜੰਮਣ ਵਾਲਾ ਮਰਨ ਵਾਲਾ ਨਹੀਂ ਹੈ, ਫਿਰ ਤੁਹਾਡੇ ਉਸ ਰਾਮ ਵਿੱਚ ਵੀ ਤਾਂ ਇੱਕ ਨੁਕਸ ਹੈ ਨਾ, ਵੀ ਉਹਨੇ ਮਾਂ ਦੇ ਪੇਟ ਤੋਂ ਜਨਮ ਲਿਆ। ਆਪ ਹੀ ਮੰਨਦੇ ਹੋ, ਰਾਮ ਨੌਮੀ ਮਨਾਉਂਦੇ ਹੋ, ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਹੈ ਰਾਮ ਨੌਮੀ, ਉਹਦੇ ਦਾ ਜਨਮ ਦੀ ਡੇਟ ਹੈ ਹੀ ਕੋਈ ਨਹੀਂ, ਤੁਸੀਂ ਕਿਵੇਂ ਮੰਨੀ ਬੈਠੇ ਹੋ। ਹਾਂਜੀ, ਕਾਲਹੂ ਕਾਨ ਕਹਿ ਜੇ ਕੋ, ਆ ਜਿਸ ਨੂੰ ਕ੍ਰਿਸ਼ਨ ਕਹਿੰਦੇ ਹੋ,
ਹੁਣ ਭਗਵਾਨ ਕ੍ਰਿਸ਼ਨ ਦੇ ਉਪਾਸਕਾਂ ਦੀ ਵੀ ਇਹੀ ਹਾਲਤ ਹੈ, ਉਹ ਵੀ ਰਾਮ ਦੇ ਉਪਾਸਕਾਂ ਨੂੰ ਪਰੇ ਕਰਦੇ ਆ ਵੀ ਪਰੇ ਹਟੋ, ਤੁਸੀਂ ਰਾਮ ਨੂੰ ਮੰਨੀ ਜਾਂਦੇ ਹੋ, ਰਾਮ ਤਾਂ ਉਹ ਧਨੁਸ਼ਧਾਰੀ ਸੀ, ਉਹਨੇ ਤਾਂ ਉਹ ਸੀਤਾ ਗਵਾ ਲਈ, ਉਹ ਲੜਾਈ ਹੋਈ, ਰਾਵਣ ਹੋਇਆ, ਉਹ ਉਹਨਾਂ ਨੂੰ ਮੋਢੇ ਮਾਰਦੇ ਆ ਅਤੇ ਉਹ ਉਹਨਾਂ ਨੂੰ ਮਹਾਰਾਜ ਕਹਿੰਦੇ ਜਿਹੜੇ ਕਹਿੰਦੇ ਹੋ ਵੀ ਕ੍ਰਿਸ਼ਨ, ਜਿਸ ਨੂੰ ਕ੍ਰਿਸ਼ਨ ਕਹਿੰਦੇ ਹੋ, ਹਾਂਜੀ ਕਾਲ ਹੂ ਕਾਨ ਕਹਿ ਜਿਹੇ ਕੋ, ਜਿਸ ਨੂੰ ਕ੍ਰਿਸ਼ਨ ਨੂੰ ਕਾਲ ਰੂਪ ਭਗਵਾਨ ਰੂਪ ਮਹਾਕਾਲ ਕਹਿੰਦੇ ਹੋ, ਕਿਹ ਕਾਰਨ ਕਾਲ ਤੇ ਦੀਨ ਭਇਓ ਜੂ, ਕੀ ਕਾਰਨ ਬਣਿਆ ਵੀ ਉਹ ਕ੍ਰਿਸ਼ਨ ਵੀ ਕਾਲ ਤੋਂ ਦੀਨ ਹੋ ਗਏ, ਕਾਲ ਦੇ ਅੱਗੇ ਝੁਕ ਗਏ, ਕਿਉਂ ਸ਼੍ਰੀ ਕ੍ਰਿਸ਼ਨ ਜੀ ਦੀ ਵੀ ਤਾਂ ਮ੍ਰਿਤੂ ਹੋਈ ਹੈ, ਉਹਨਾਂ ਦੇ ਪ੍ਰਭਾਸ ਖੇਤਰ ਦੇ ਵਿੱਚ ਸ਼ਿਕਾਰੀ ਦੇ ਤੀਰ ਦੇ ਨਾਲ ਮ੍ਰਿਤੂ ਹੋਈ ਹੈ, ਜੇ ਉਹ ਜੇ ਕਾਲ ਤੋਂ ਉੱਪਰ ਹੈ, ਅਕਾਲ ਪਰਮੇਸ਼ੁਰ ਦੀ ਤਾਂ ਮੌਤ ਹੁੰਦੀ ਨਹੀਂ, ਪਰਮੇਸ਼ੁਰ ਤਾਂ ਮਰਦ ਜੇ ਜੰਮਦਾ ਨਹੀਂ ਤਾਂ ਮਰਦਾ ਵੀ ਨਹੀਂ, ਆਖੋ ਸ੍ਰੀ ਵਾਹਿਗੁਰੂ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਉਹ ਕਾਲ ਤੋਂ ਦੀਨ ਹੋ ਗਿਆ, ਮਾਰਿਆ ਗਿਆ ਕਾਲ ਦੇ ਹੱਥੋਂ? ਸੰਤ ਸਰੂਪ ਬੇਬੈਰ ਕਹਾਏ, ਇਹ ਵੀ ਕਹਿੰਦੇ ਹੋ ਕਿ ਭਗਵਾਨ ਸੰਤ ਸਰੂਪ ਹੈ ਔਰ ਨਿਰਵੈਰ ਹੈ, ਬੇਬੈਰ ਹੈ, ਕਿਸੇ ਨਾਲ ਉਹਦਾ ਵੈਰ ਵਿਰੋਧ ਨਹੀਂ ਹੈ, ਸੋ ਕਿਉਂ ਪਥ ਕੋ ਰਥ ਹਾਂਕ ਧਇਓ ਜੂ, ਔਰ ਉਹ ਕਿਸੇ ਦਾ ਪਕਸ਼ਪਾਤ ਨਹੀਂ ਕਰਦਾ, ਫਿਰ ਉਹਨਾਂ ਨੇ ਅਰਜਨ ਦਾ ਰਥ ਕਿਉਂ ਹੱਕਿਆ, ਕਿਉਂ ਪਥ, ਪਥ ਨਾਮ ਹੈ ਪਾਰਥ, ਪਾਰਥ ਨਾਮ ਹੈ ਪ੍ਰਿਥਵੀ ਦਾ ਸਵਾਮੀ, ਕਹੀਏ ਜੋ ਅਰਜਨ ਕੁੰਤੀ ਨੰਦਨ ਅਰਜਨ, ਉਹਦਾ ਰਥ ਕਿਉਂ ਧੱਕਿਆ, ਕਿਉਂ ਰਥ ਚਲਾਇਆ ਕ੍ਰਿਸ਼ਨ ਹੋ ਕਰਕੇ? ਤਾਹੀ ਕੋ ਮਾਨ ਪ੍ਰਭੂ ਕਰਕੇ, ਕਲਗੀਧਰ ਜੀ ਕਹਿੰਦੇ ਤੂੰ ਉਸੇ ਨੂੰ ਪ੍ਰਭੂ ਕਰਕੇ ਮਨ, ਜਿਹੜਾ ਇਹਨਾਂ ਤੋਂ ਉੱਪਰ ਹੈ, ਪੱਖਪਾਤਾਂ ਤੋਂ ਉੱਪਰ ਹੈ, ਜਨਮ 'ਚ ਨਹੀਂ ਆਉਂਦਾ, ਮਰਨ 'ਚ ਵੀ ਨਹੀਂ ਆਉਂਦਾ, ਹਾਂਜੀ ਜਿਹ ਕੋ ਭੇਦ ਨਾ ਲੇ ਨਾ ਲਓ ਜੂ, ਜਿਸ ਪਰਮੇਸ਼ੁਰ ਦਾ ਨਾ ਭੇਦ ਕੋਈ ਲੈ ਸਕਿਆ ਅਤੇ ਨਾ ਕੋਈ ਲੈ ਸਕੇਗਾ, ਆਖੋ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿੰਦੇ ਤੁਸੀਂ ਭਰਮਾਂ 'ਚ ਪੈ ਗਏ ਹੋ, ਅਵਤਾਰਾਂ ਨੂੰ ਸ਼੍ਰੀ ਕ੍ਰਿਸ਼ਨ ਨੂੰ ਰਾਮ ਨੂੰ ਵਿਵਾਦਾਂ ਦਾ ਘੇਰੇ 'ਚ ਲੈ ਆਏ ਹੋ, ਆਪਣੇ ਆਪਣੇ ਬਣਾ ਕੇ ਪੱਖ ਵਿੱਚ ਵੀ ਅਸੀਂ ਰਾਮ ਦੇ ਉਪਾਸਕ ਹਾਂ ਅਤੇ ਕ੍ਰਿਸ਼ਨ ਦੀ ਨਿੰਦਾ ਕਰਨ ਡਹਿ ਪਏ, ਅਸੀਂ ਕ੍ਰਿਸ਼ਨ ਦੇ ਹਾਂ ਅਤੇ ਅਸੀਂ ਰਾਮ ਦੀ ਨਿੰਦਾ ਕਰ ਦਈਏ, ਭਲੇ ਮਾਣਸੋ ਸਾਰਿਆਂ 'ਚ ਰਮਿਆ ਹੋਇਆ ਹੈ, ਉਹ ਨਿਰਗੁਣ ਵੀ ਹੈ ਅਤੇ ਸਰਗੁਣ ਵੀ ਹੈ, ਤੁਸੀਂ ਦੇਹ ਨੂੰ ਮੰਨ ਕੇ ਬਹਿ ਗਏ, ਦੇਹ ਨੂੰ, ਦੇਹ ਦੇ ਵਿੱਚ ਵਿਕਾਰ ਹਨ, ਆਖੋ ਸ੍ਰੀ ਵਾਹਿਗੁਰੂ, ਦੇਹ ਵਿਕਾਰੀ ਹੈ, ਜਿਹੜੀ ਵੀ ਦੇਹ ਹੈ ਭਾਵੇਂ ਉਹ ਕਿਸੇ ਅਵਤਾਰ ਦੀ ਹੈ, ਭਾਵੇਂ ਕਿਸੇ ਮਹਾਂਪੁਰਸ਼ ਦੀ ਹੈ, ਜੰਮੀ ਵੀ ਹੈ ਅਤੇ ਮਰੇਗੀ ਵੀ, ਪਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ, ਉਹਦੇ 'ਚ ਕੋਈ ਦੋਸ਼ ਨਹੀਂ ਹੈ, ਜੇ ਅਸੀਂ ਉਹਨੂੰ ਮੰਨ ਲਈਏ ਤਾਂ ਆਹ ਸਾਡੇ ਝਗੜੇ ਮਿੱਟ ਸਕਦੇ ਹੈ, ਪਰ ਇਨਸਾਨ ਕਹਿੰਦਾ ਮੈਂ ਝਗੜੇ ਮਿਟਣ ਨਹੀਂ ਦੇਣੇ, ਝਗੜੇ ਬਣਾ ਕੇ ਰੱਖਣੇ ਹੈ, ਰਾਜਨੀਤੀ ਐਸੀ ਹੈ ਉਹ ਧਰਮ ਦੇ ਵਿੱਚ ਆ ਵੜਦੀ ਹੈ ਅਤੇ ਬੰਦੇ ਦਾ ਬੰਦਾ ਵੈਰੀ ਬਣ ਜਾਂਦਾ। ਸ਼੍ਰੀ ਕਲਗੀਧਰ ਪਾਤਸ਼ਾਹ ਉੱਪਰ ਲੈ ਗਏ ਲੋਕਾਂ ਦੀ ਬਿਰਤੀ ਨੂੰ ਇਸ ਝਗੜੇ ਤੋਂ, ਮਹਾਰਾਜ ਕਹਿੰਦੇ ਜੇ ਤੁਸੀਂ ਕਹੋ ਨਾ ਵੀ ਰਾਮ ਅਤੇ ਕ੍ਰਿਸ਼ਨ ਉਹਨਾਂ 'ਚ ਦੋਸ਼ ਕੋਈ ਨਹੀਂ, ਇੱਕ ਆਪਣੇ ਪੱਖ ਦੇ ਕਹਿੰਦੇ ਨਿਰਦੋਸ਼, ਕ੍ਰਿਸ਼ਨ ਵਾਲੇ ਕ੍ਰਿਸ਼ਨ ਨੂੰ ਨਿਰਦੋਸ਼ ਸਾਬਤ ਕਰਦੇ ਆ ਅਤੇ ਰਾਮ ਵਾਲੇ ਰਾਮ ਨੂੰ ਨਿਰਦੋਸ਼ ਸਾਬਤ ਕਰਦੇ ਆ, ਪਰ ਇੱਕ ਦੂਜੀ ਦੇ ਅਵਤਾਰਾਂ 'ਚ ਦੋਸ਼ ਕੱਢੀ ਵੀ ਜਾਂਦੇ ਆ। ਮਹਾਰਾਜ ਕਹਿੰਦੇ ਇੱਦਾਂ ਕੀ ਮਿਲੇਗਾ, ਸਾਰੀ ਉਮਰ ਇੱਕ ਦੂਜੀ ਦੀਆਂ ਲੱਤਾਂ ਖਿੱਚੀ ਜਾਓਗੇ, ਕੁਛ ਨਹੀਂ ਬਣਨਾ, ਉੱਪਰ ਚੱਲ ਕੇ ਦੇਖੋ, ਪਰਮੇਸ਼ੁਰ ਅਕਾਲ ਪੁਰਖ ਸਰਬ ਵਿਆਪਕ ਸਰਬ ਸ਼ਕਤੀਮਾਨ ਸਭ ਕੁਛ ਕਰਨ ਵਾਲਾ ਹੈ,
ਖਾਲਸਾ ਜੀ ਸਤਿਗੁਰਾਂ ਨੇ ਕਿਸੇ ਦਾ ਲਿਹਾਜ਼ ਨਹੀਂ ਜੇ ਕੀਤਾ। ਅੱਜ ਕਈ ਲੋਕ ਕਹਿ ਦਿੰਦੇ ਆ ਵੀ ਦਸਮ ਦੀ ਬਾਣੀ ਕਿਸੇ ਬਾਹਮਣ ਦੀ ਲਿਖੀ ਹੋਈ ਹੈ। ਪ੍ਰਚਾਰ ਇਹ ਹੈ ਵੀ ਦਸਮ ਦੀ ਬਾਣੀ ਜਿਹੜੀ ਬਾਹਮਣਾਂ ਦੀ ਲਿਖੀ ਹੋਈ ਹੈ। ਮੈਨੂੰ ਐਸਾ ਬਾਹਮਣ ਦੱਸੋ ਜਿਹੜਾ ਕ੍ਰਿਸ਼ਨ ਦਾ ਅਤੇ ਰਾਮ ਦਾ ਖੰਡਨ ਕਰ ਦੇਵੇ, ਹੈ ਕੋਈ? ਕੋਈ ਬਾਹਮਣ ਕਹੂਗਾ ਵੀ ਕ੍ਰਿਸ਼ਨ ਜਿਹੜਾ ਸੀ ਉਹ ਕਿਉਂ ਅਰਜਨ ਦਾ ਪੱਖ ਲੈ ਗਿਆ? ਕੋਈ ਕ੍ਰਿਸ਼ਨ ਰਾਮ ਚੰਦਰ ਜੀ ਨੂੰ ਕਹੇਗਾ ਵੀ ਉਹ ਕਿਉਂ ਕਛੁੱਲਿਆ ਦੇ ਪੇਟ ਤੋਂ ਜੰਮੇ? ਇਹ ਭੁਲੇਖਾ ਐਵੇਂ ਨਹੀਂ ਸਾਧ ਸੰਗਤ ਜੀ ਮੰਨਣਾ ਚਾਹੀਦਾ। ਗੁਰਬਾਣੀ ਪੂਰੀ ਪੜ੍ਹੋ, ਵਿੱਚੋਂ ਪੜ੍ਹ ਕੇ ਪਤਾ ਲੱਗਦਾ ਦਸਮ ਜੀ ਦੀ ਬਾਣੀ ਦੇ ਵਿੱਚ ਸਾਰੇ ਸ਼ੰਕੇ ਮਿਟਦੇ ਆ। ਜਿੱਦਾਂ ਦੇ ਸ਼ੰਕੇ ਕਰਨ ਉੱਦਾਂ ਦੇ ਮਿਟ ਜਾਂਦੇ ਆ। ਜੇ ਕੋਈ ਬ੍ਰਾਹਮਣ ਗ੍ਰੰਥ ਲਿਖਦਾ ਹੈ ਤਾਂ ਉਹ ਗਣੇਸ਼ ਦਾ ਮੰਗਲ ਕਰਦਾ ਹੈ। ਸਤਿਗੁਰਾਂ ਨੇ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਦਾ ਫਤਿਹ ਦਾ ਮੰਗਲ ਕੀਤਾ, ਪਰਮੇਸ਼ਰ ਦੀ ਉਪਮਾ ਕੀਤੀ। ਕਦੀ ਕਿਸੇ ਬ੍ਰਾਹਮਣ ਨੇ ਵਾਹਿਗੁਰੂ ਜੀ ਕੀ ਫਤਿਹ ਦਾ ਮੰਗਲ ਕੀਤਾ ਗ੍ਰੰਥ ਦੇ ਪਹਿਲੇ? ਕਿਤੇ ਵੀ ਨਹੀਂ। ਇਸ ਕਰਕੇ ਐਵੇਂ ਸ਼ੰਕਾ ਨਹੀਂ ਕਰਨਾ। ਦੇਖੋ ਮਹਾਰਾਜ ਨੇ ਇੱਥੇ ਜੋ ਬਚਨ ਕਹੇ ਨੇ, ਜੋ ਕਹੋ ਰਾਮ ਅਜੋਨ ਅਜੈਤ ਕਾਹੇ ਕੋ ਕੌਸ਼ਲ ਕੁੱਖ ਜਿਉ ਜੂ, ਵੀ ਕੌਸ਼ਲਿਆ ਦੇ ਪੇੜ ਤੋਂ ਕਿਵੇਂ ਜੰਮ ਪਿਆ ਰਾਮ? ਉਹ ਤਾਂ ਅਜਨਮਾ ਹੈ। ਕੋਈ ਬ੍ਰਾਹਮਣ ਇਹ ਗੱਲ ਨਹੀਂ ਕਹਿ ਸਕਦਾ, ਕਿਸੇ 'ਚ ਹਿੰਮਤ ਨਹੀਂ ਕੋਈ ਕਹਿ ਦੇਵੇ ਕਲਗੀਧਰ ਤੋਂ ਬਿਨਾਂ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕ੍ਰਿਸ਼ਨ ਜੀ ਬਾਰੇ ਕਹਿਤਾ, ਕਾਲ ਹੂੰ ਕਾਨ ਕਹੇ ਜਿਹੇ ਕੋ ਕਹੇ ਕਾਰਨ ਕਾਲ ਅਤੇ ਦੀਨ ਭਇਓ ਜੂ, ਇਹ ਵੀ ਕੋਈ ਬ੍ਰਾਹਮਣ ਨਹੀਂ ਕਹਿ ਸਕਦਾ। ਪਰ ਮਹਾਰਾਜ ਨੇ ਵੀ ਇੱਥੇ ਨਿੰਦਾ ਨਹੀਂ ਕੀਤੀ ਮਹਾਂਪੁਰਸ਼ਾਂ ਦੀ। ਇਹ ਵੀ ਸ਼ੰਕਾ ਸਾਡੇ ਮਨ 'ਚ ਨਾ ਪੈਦਾ ਹੋ ਜਾਵੇ। ਰਾਮ ਜੀ ਦੀ ਕ੍ਰਿਸ਼ਨ ਜੀ ਦੀ ਨਿੰਦਾ ਵੀ ਨਹੀਂ ਕੀਤੀ ਸਤਿਗੁਰਾਂ ਨੇ, ਉਹਨਾਂ ਨੇ ਉਹਨਾਂ ਲੋਕਾਂ ਦੇ ਕੰਨ ਮਰੋੜੇ ਆ ਜਿਹੜੇ ਉਸ ਨਾਂ 'ਤੇ ਲੜ ਰਹੇ ਨੇ, ਜਿਹੜੇ ਉੱਥੇ ਵਾਦਾਂ ਵਿਵਾਦਾਂ 'ਚ ਪਏ ਹੋਏ ਨੇ। ਸਾਡੇ ਅੰਦਰ ਜੇ ਕਮਜ਼ੋਰੀਆਂ ਕੱਢੀਆਂ, ਕਦੀ ਦਸਮ ਦੇ ਵਿੱਚ ਹੀ ਰਾਮ ਦੀ ਕਥਾ ਪੜ੍ਹੋ, ਰਾਮਾ ਅਵਤਾਰ, ਉਹਨਾਂ ਦੇ ਪਰਾਕਰਮ, ਬਹਾਦਰੀ, ਯੁੱਧ ਦੇ ਤਰੀਕੇ ਦੱਸੇ ਹੈ ਅਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਉਸਤਤ ਕੀਤੀ ਹੈ, ਉਹਨਾਂ ਦੀ ਸੂਰਬੀਰਤਾ ਦੀ ਸਰਾਹਨਾ ਕੀਤੀ ਹੈ। ਕ੍ਰਿਸ਼ਨਾ ਅਵਤਾਰ 'ਚ ਕ੍ਰਿਸ਼ਨ ਜੀ ਮਹਾਰਾਜ ਦੇ ਪਰਾਕਰਮ ਦਾ, ਯੁੱਧ ਦਾ ਵਰਣਨ ਬੜੇ ਕਮਾਲ ਦਾ ਕੀਤਾ ਹੈ। ਇਸ ਕਰਕੇ ਖਾਲਸਾ ਜੀ, ਇੱਕ ਪੰਗਤੀ ਨਾ ਲਿਆ ਕਰੋ, ਦੂਜੀ ਵੀ ਦੇਖੋ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪੰਗਤੀ ਪੜ੍ਹਦੇ ਹਾਂ ਨਾ ਵੀ ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਪ ਦੇਖਿਆ ਥਾ, ਤਾਂ ਦੂਜੇ ਪਾਸੇ ਇਹ ਵੀ ਪੜ੍ਹਨੀ ਚਾਹੀਦੀ ਹੈ ਕਿ ਨਾਮੇ ਕੇ ਸਵਾਮੀ ਸੀ ਬਹੋਰੀ ਲੰਘ ਭਵੀਖਣ ਆਪਿਓ ਹੋ, ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਦੋਵੇਂ ਪੱਖ ਦੇਖ ਕੇ ਬੈਲੈਂਸ ਦੇਖੋ, ਇੱਕ ਪੱਖ ਇਹ ਨਾ ਹੋਵੋ। ਸਤਿਗੁਰੂ ਜੀ ਸਾਰਾ ਕੁਝ ਦੱਸ ਕੇ ਕਹਿੰਦੇ, ਉਹ ਤਾਂ ਹੀ ਕੋ ਮਾਨ ਪ੍ਰਭੂ ਕਰਕੇ ਜਿਹ ਕੋ ਭੇਦ ਨਾ ਲਿਓ ਨਾ ਲੈ ਜੂ। ਜਿਸ ਪਰਮਾਤਮਾ ਦਾ ਭੇਦ ਨਹੀਂ ਭਾਈ, ਉਹਨੂੰ ਰੱਬ ਨੂੰ ਮੰਨੋ ਤਾਂ ਤੁਸੀਂ ਆਪਣੇ ਟਿਕਾਣੇ 'ਤੇ ਪਹੁੰਚੋਗੇ। ਆਓ ਹਜ਼ੂਰ ਦੇ ਬਚਨ ਸਰਵਣ ਕਰੀਏ ਜੀ। ਸੰਤ ਸਰੂਪ ਬਿਵੈਰ ਕਹਾਏ ਹੋ ਕਿਉ ਪਥ ਕੋ ਰਥ ਹਾਂਕ ਤਯੋ ਜੂ, ਤਾਹੀ ਕੋ ਮਾਨ ਪ੍ਰਭੂ ਕਰ ਕੈ ਜੇ ਕੋ ਭੇਦ ਨਾ ਲੈ ਨਾ ਲਯੋ ਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।